ਸਿੰਘ ਔਨਲਾਈਨ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਯਾਨੀ ਕਿ ਤੁਹਾਡੇ ਆਪਣੇ ਅਨਮੋਲ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅਤੇ ਅੱਜ ਮੇਰੀ ਜਾਣ 'ਤੇ ਬਣੀ ਹੋਈ ਹੈ ਕਿਉਂਕਿ ਮੇਰੇ ਆਲੇ ਦੁਆਲੇ ਤੁਸੀਂ ਦੇਖ ਹੀ ਲਿਆਉਣਾ ਫਰੇਮ ਦੇ ਵਿੱਚ ਬਾਈ ਹੋਰੀ ਬਹੁਤ ਸੋਹਣੇ ਐਂਕਰ ਬੈਠੇ ਨੇ ਅਤੇ ਮੈਨੂੰ ਹਰ ਇੱਕ ਲਫ਼ਜ਼ ਜੋ ਬੋਲਣਾ ਉਹ ਬੜਾ ਸੋਚ ਸਮਝ ਕੇ ਬੋਲਣਾ ਪੈਣਾ ਅਤੇ ਕਿਸੇ ਜਾਣ ਪਹਿਚਾਣ ਦੇ ਮੁਹਤਾਜ ਨਹੀਂ। ਮੇਰੇ ਸੱਜੇ ਹੱਥ ਬੈਠੇ ਨੇ ਨਵ ਬਾਜਵਾ ਵੀਰਾ ਅਤੇ ਖੱਬੇ ਹੱਥ ਪੰਜਾਬ ਦਾ ਮਾਣ ਅਮਨ ਸਿੰਘ ਦੀਪ। ਅਤੇ ਬਾਈ ਪਹਿਲਾਂ ਤਾਂ ਤੁਹਾਨੂੰ ਦੋਨਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਬਹੁਤ ਬਹੁਤ ਮੁਬਾਰਕਾਂ ਇਸ਼ਕਾਂ ਦੇ ਲਈ। ਸਤਿ ਸ਼੍ਰੀ ਅਕਾਲ ਜੀ। ਸਿੰਘ ਔਨਲਾਈਨ ਜਿਹੜੇ ਸਾਰੇ ਦੇਖ ਰਹੇ ਨੇ ਉਹਨਾਂ ਨੂੰ ਮੇਰੇ ਵੱਲੋਂ ਵੀ ਔਰ ਥੈਂਕ ਯੂ ਸੋ ਮਚ ਵੀਰੇ। ਹਾਂਜੀ ਹਾਂ, ਹੁਣ ਵੀਰੇ ਤੈਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਅ ਜੀ, ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਔਰ ਵੀਰ ਜੀ, ਦਿਲ ਦੀ ਖੂਬਸੂਰਤੀ ਮੈਟਰ ਕਰਦੀ ਆ, ਕੋਈ ਚੀਜ਼ ਤੁਸੀਂ ਸਾਡੇ ਨਾਲ ਘੱਟ ਨਹੀਂ ਕਿਸੇ ਗੱਲੋਂ ਵੀ, ਤੁਸੀਂ ਇੱਕਦਮ ਕੰਫਰਟੇਬਲ ਰਹੋ। ਨਹੀਂ 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 ਵੀਰੇ, ਅਤੇ ਦੂਜੀ ਗੱਲ ਪਾਇਲ ਨਾਲ ਸਮਝੌਤਾ ਹੋ ਗਿਆ, ਤੁਸੀਂ ਹੁਣ ਇਕੱਠੇ ਬੈਠੇ ਹੋ। ਪਾਇਲ ਨਾਲ ਸਮਝੌਤਾ ਕਹਦਾ, ਉਹ ਤਾਂ ਹਾਲੀ ਨਿਕਲ ਗਿਆ ਨਾ। ਮੈਂ ਤਾਂ ਅੱਗੇ ਵੀ ਕਹਿ ਰਿਹਾ ਵੀ ਆਫ ਸਕਰੀਨ ਵੀ ਅਗਲਾ ਲੈ ਗਿਆ, ਔਨ ਸਕਰੀਨ ਹੁਣ ਦੇਖੋ। ਅਤੇ ਦੂਜੀ ਗੱਲ ਬਈ, ਮੈਨੂੰ ਲੱਗਦਾ ਜਿਵੇਂ ਹੈ ਨਾ, ਰੇਡੂਆ ਮੂਵੀ ਦੇ ਵਿੱਚ ਆਪਣੇ ਲਈ ਇੱਕ ਮਸ਼ੀਨ ਸੀਗੀ। ਹਾਂਜੀ ਹਾਂਜੀ। ਅਤੇ ਇੱਥੇ ਤਾਂ ਲੋੜ ਹੀ ਨਹੀਂ ਪੈਣੀ ਸੀ, ਉਹ ਕਾਹਤੋਂ ਨਹੀਂ ਲਿਆਂਦੀ ਆਪਾਂ ਨੇ? ਜਦੋਂ ਤੁਹਾਡੇ ਕੋਲ ਸੀ ਉਦੋਂ ਆਪਾਂ ਉੱਧਰ ਨੂੰ ਲੈ ਚੱਲਿਆ ਕਰਦੇ ਟਾਈਮ 'ਚ। ਸਹੀ ਗੱਲ ਹੈ ਯਾਰ, ਇੱਥੇ ਵੀ ਲੈ ਜਾਂਦਾ, ਮੈਂ ਚੁੱਕ ਕੇ ਲੈ ਜਾਂਦਾ ਪਾਇਲ ਨੂੰ ਉੱਥੋਂ, ਫਿਲਮ 'ਚੋਂ ਟਾਈਮ ਮਸ਼ੀਨ 'ਚ ਬਿਠਾ ਕੇ ਚੱਕ ਅਗਲਾ ਲੱਭਦਾ ਰਹਿੰਦਾ। ਅਤੇ ਦੂਜੀ ਗੱਲ ਮੇਰੇ ਅਮਨ, ਕਿਹੋ ਜਿਹੀ ਖੁਸ਼ੀ ਹੈ ਨਾ, ਉਹ ਤਾਂ ਚਿਹਰੇ 'ਤੇ ਦਿਖ ਹੀ ਰਿਹਾ। ਮਤਲਬ ਵੀ ਇੱਕ ਨਾ ਗੱਲ ਹੁੰਦੀ, ਜਿਹੜੇ ਤੁਸੀਂ ਸਭ ਨੇ ਸੋਚੇ ਹੁੰਦੇ ਨਾ, ਜਦੋਂ ਪੂਰੇ ਹੁੰਦੇ ਫਿਰ ਤੁਸੀਂ ਕਈ ਵਾਰੀ ਚੁੱਪ ਹੋ ਜਾਂਦੇ ਹੋ, ਬੋਲ ਨਹੀਂ ਪਾਉਂਦੇ। ਸੋ ਮਤਲਬ ਇਹ ਸੁਪਨਾ ਸੀਗਾ ਬਚਪਨ ਤੋਂ ਹੀ ਕਿ ਐਕਟਰ ਬਣਨਾ, ਪਰਫਾਰਮੈਂਸ ਕਰਨੀ, ਐਕਟਿੰਗ ਕਰਨੀ ਆ। ਜਦੋਂ ਸੁਪਨਾ ਪੂਰਾ ਹੁੰਦਾ, ਆਪਣੀ ਫਿਲਮ ਤੁਸੀਂ ਥੀਏਟਰਾਂ ਲੱਗਣ ਜਾ ਰਹੀ ਹੁੰਦੀ, ਪਤਾ ਚੱਲਦਾ ਨਾ ਜਦੋਂ। ਸੋ ਮਤਲਬ ਉਹ ਖੁਸ਼ੀ ਇਹੋ ਜਿਹੀ ਹੁੰਦੀ ਆ ਕਿ ਤੁਸੀਂ ਕਿਵੇਂ ਬਿਆਨ ਕਰੋਗੇ, ਔਖਾ ਹੋ ਜਾਂਦਾ। ਅਤੇ ਨਬੀਰੀ, ਜੇ ਮੈਂ ਗੱਲ ਕਰਾਂ ਨਾ, ਮੈਂ ਦੇਖ ਰਿਹਾ ਸੀ ਫਿਲਮ ਦੇ ਟ੍ਰੇਲਰ ਵਿੱਚ ਵੀ ਦੇਖਿਆ ਅਤੇ ਹੁਣ ਵੀ ਦੇਖ ਰਿਹਾ, ਤੁਹਾਨੂੰ ਕੋਈ ਇਹ ਨਹੀਂ ਕਹਿੰਦਾ ਵੀ ਬਾਈ ਤੁਸੀਂ ਰਿਸ਼ਤੇਦਾਰ ਹੋ? ਹੈ ਕਿਨੂੰ? ਇਹਨੂੰ ਤੇ ਮੈਨੂੰ ਲੱਗਦੇ ਆ ਸੀ ਜਮਾ ਬੜੇ ਲੋਕੀ ਹੈ। ਵਾਹ, ਕੀ ਬਾਤ ਹੈ। ਅਤੇ ਦੂਜੀ ਗੱਲ ਨਾ ਬਾਜਵਾ, ਜੇ ਮੈਂ ਇੱਕ ਲਫ਼ਜ਼ ਕਹਾਂ ਨਾ, ਤਾਂ ਰਿਸਕ ਹੀ ਬਹੁਤ ਆ ਫਿਲਮਾਂ ਦੇ ਮਾਮਲੇ। ਰੇਡੂ ਆ ਮਤਲਬ ਵੀ ਸਾਇੰਸ ਫਿਕਸ਼ਨ, ਪਹਿਲੀ ਪੰਜਾਬੀ ਸਾਇੰਸ ਫਿਕਸ਼ਨ ਮੂਵੀ ਹੈ ਨਾ। ਅਤੇ ਇਹੋ ਜਿਹੇ ਰਿਸਕ ਲੈਣੇ ਮਤਲਬ ਕੀ ਤੋਂ ਸਿੱਖਦੇ ਹੋ, ਕਿਹੜਾ ਉਹ ਆ ਨਾ ਜੀ ਤੋਂ ਆਪਣਾ ਮੋਟੀਵੇਟ ਹੁੰਦੇ ਵੀ, ਕਿਹੜਾ ਡਾਇਰੈਕਟਰ ਆ? ਐਸਾ ਕੋਈ, ਦੇਖੋ ਭਾਅ ਜੀ, ਡਾਇਰੈਕਸ਼ਨ ਮੋਟੀਵੇਸ਼ਨ ਨਹੀਂ ਹੁੰਦਾ, ਬਸ ਆਪਣਾ ਦਿਮਾਗ ਦੀ ਸੋਚ ਆ ਕਿ ਕੁਝ ਵੱਖਰਾ ਕਰਨਾ। ਮੈਨੂੰ ਮੰਨਣਾ ਇਹ ਹੁੰਦਾ ਕਿ ਹਿੱਟ ਫਲੋਪ ਹੋਣਾ ਉਹ ਆਡੀਅੰਸ 'ਤੇ ਡਿਪੈਂਡ ਕਰਦਾ, ਨੋਟਿਸ ਹੋਣਾ ਬਹੁਤ ਜ਼ਰੂਰੀ ਹੈ। ਜੇ ਤੁਸੀਂ ਨੋਟਿਸ ਹੀ ਨਹੀਂ ਹੋਏ ਪਹਿਲਾਂ ਤੁਹਾਡਾ ਪ੍ਰੋਡਕਟ ਜਾਂ ਕੋਈ ਵੀ, ਫਿਰ ਭਾਅ ਜੀ ਉਹ ਹਿੱਟ ਫਲੋਪ ਤਾਂ ਹੋ ਹੀ ਨਹੀਂ ਸਕਦਾ ਨਾ, ਕਿਉਂਕਿ ਉਹ ਤਾਂ ਫਲੋਪ ਹੀ ਹੋਣਾ। ਸੋ ਨੋਟਿਸ ਹੋਣ ਵਾਸਤੇ ਹਮੇਸ਼ਾ ਵੱਖਰਾ ਕਰਨਾ ਪੈਣਾ, ਇਹੀ ਮੇਰੀ ਸੋਚ ਆ। ਅਤੇ ਦੂਜੀ ਗੱਲ ਅਮਨ, ਜੇ ਮੈਂ ਦੇਖਾਂ ਬਾਈ ਹੋਰੀ ਹੈ ਨਾ, ਰੇਡੀਓ ਦੇ ਵਿੱਚ ਤਾਂ ਡਾਇਰੈਕਸ਼ਨ ਕੀਤੀ ਆ, ਅਤੇ ਡਾਇਰੈਕਟਰ ਮੈਨੂੰ ਐਂ ਲੱਗਦਾ ਹੁੰਦਾ ਵੀ ਇੱਕ ਹਿੰਦੀ ਫਿਲਮਾਂ ਵਾਂਗੂ ਵਿਲਨ ਵਾਂਗੂ ਐਂਟਰੀ ਹੁੰਦੀ ਆ, ਡਾਇਰੈਕਟਰ ਹਾਂ ਤੂੰ 9 ਵਜੇ ਕਿਉਂ ਨਹੀਂ ਆ ਗਿਆ ਨਾ, ਸਾਰੀ ਟੀਮ ਨੂੰ ਕ੍ਰਿਊ ਨੂੰ ਟਾਈਮ ਦੇ ਦੇਣਾ। ਅਤੇ ਜਦੋਂ ਤੁਹਾਡੇ ਦੋਨਾਂ ਦੇ ਸੀਨ ਸੀਗੇ, ਚਾਹੇ ਉਹ ਲੜਾਈ ਵਾਲੇ ਡਾਕਟਰ ਵਾਲੇ, ਉਹ ਤੈਨੂੰ ਜਿਵੇਂ ਇੱਧਰੋਂ ਕਮਾਂਡ ਕਿਵੇਂ ਦਿੰਦੇ ਸੀਗੇ, ਓਏ ਆਹ ਸ਼ਾਟ ਲੈ ਲਾ, ਸਟੈਟਿਕ ਲੈ ਲਾ, ਜਾਂ ਓਵਰ ਦੀ ਸ਼ੋਲਡਰ, ਕੀ ਕਹਿੰਦੇ ਸੀਗੇ? ਨਹੀਂ, ਸਾਡੀ ਅੱਖਾਂ ਅੱਖਾਂ 'ਚ ਗੱਲ ਹੋ ਜਾਂਦੀ ਜੀ, ਅੱਖਾਂ ਦੇ ਇਸ਼ਾਰੇ ਚੱਲਦੇ ਉਹਦੇ ਨਾਲ। ਵੈਸੇ ਤਾਂ ਸਾਨੂੰ ਪਤਾ ਹੀ ਹੁੰਦਾ ਕਿ ਹਾਂ ਵੀ ਇਸ ਟਾਈਮ ਸੂਟ, ਮੈਂ ਤਾਂ ਤਿਆਰ ਹੀ ਰਹਿੰਦਾ ਸੀ। ਦੇਖੋ ਮੈਂ ਤਾਂ ਇੱਦਾਂ ਹੁੰਦਾ ਨਾ ਕਿ ਕੋਈ ਬਸ ਰੱਸੀ ਛੱਡੇ ਅਤੇ ਉੱਡ ਕੇ ਪਹੁੰਚੀ ਉੱਥੇ ਨਾ, ਉਹ ਹਿਸਾਬ ਹੁੰਦਾ ਸੀਗਾ ਕਿ ਸੀਨ ਆਵੇ ਸੀ, ਕਰੀਏ ਫਟਾਫਟ, ਕਰੀਏ, ਚਾਹ ਹੁੰਦਾ ਨਾ ਬੰਦੇ ਨੂੰ ਕੋਈ ਪਰਫਾਰਮ ਕਰਨਾ। ਸੋ ਬਟ ਸਾਡਾ ਇਹ ਨਹੀਂ ਕਦੀ ਰਿਹਾ ਕਿ ਓਏ ਤੂੰ ਇਹ ਉਹ ਨਹੀਂ ਚੱਲਦਾ ਕਦੀ ਵੀ, ਕਿਉਂਕਿ ਆਫਕੋਰਸ ਭਾਅ ਜੀ ਸੀਨੀਅਰ ਨੇ, ਔਰ ਭਾਅ ਜੀ ਨੂੰ ਪਤਾ ਹੈ ਨਾ ਕਿ ਕਿੱਦਾਂ ਸਾਰੇ ਉਹਨੂੰ ਮੈਨੇਜ ਕਰਦੇ ਹੋ, ਐਡੀ ਵੱਡੀ ਟੀਮ ਨੂੰ ਮੈਨੇਜ ਕਰਨਾ। ਸੋ ਉਹ ਚੀਜ਼ ਵੀ ਔਖੀ ਆ ਬਹੁਤ ਮੈਨੇਜ ਕਰਨੀ। ਬੜੇ ਬਖੂਬੀ ਭਾਅ ਜੀ ਹੁਣ ਸਾਰਿਆਂ ਨੂੰ ਮੈਨੇਜ ਕੀਤਾ, ਇੰਨੀ ਵੱਡੀ ਕਾਸਟ ਹੁੰਦੀ ਸੀਗੀ, ਸਾਰੇ ਜਣੇ ਤਕਰੀਬਨ ਹੀ 150-200 ਬੰਦਾ ਹਰ ਟਾਈਮ ਸੈੱਟ 'ਤੇ ਰਹਿੰਦਾ ਹੈ ਨਾ। ਸੋ ਸਾਰਿਆਂ ਨੂੰ ਮੈਨੇਜ ਕਰਨਾ, ਸਭ ਸਮੂਥਲੀ ਚੱਲੇ, ਅਗਲੇ ਦਿਨ ਫਿਰ ਸ਼ੂਟ ਦੁਬਾਰਾ ਕਰਨਾ, ਸੋ ਉਹ ਟਫ ਕੰਮ ਆ ਡਾਇਰੈਕਟਰ ਦਾ ਬਹੁਤ। ਬਈ ਇੰਸਟਾਗ੍ਰਾਮ 'ਤੇ ਲਿਖਿਆ ਹੋਇਆ ਨਾ ਬਾਜਵਾ ਮਾਡਲ, ਆਪਾਂ ਦੇਖਦੀ ਆ ਰਹੇ ਹਾਂ ਨਾ, ਅਤੇ ਐਂਕਰ ਵੀ, ਡਾਇਰੈਕਟਰ ਵੀ, ਅਤੇ ਪ੍ਰੋਡਿਊਸਰ ਜਿਹੜੇ ਰੀੜ੍ਹ ਦੀ ਹੱਡੀ ਹੁੰਦਾ ਆਪਾਂ ਕਹਿ ਦਈਏ ਫਿਲਮ ਦੀ ਹੈ ਨਾ। ਹਾਂਜੀ ਹਾਂਜੀ। ਅਤੇ ਅਜੇ ਕੁਛ ਰਹਿੰਦਾ ਬਾਈ ਹੋਰ ਕੁਛ? ਹਾਂ, ਮੈਂ ਦੱਸਿਆ ਸੀ ਅੱਗੇ ਵੀ ਅਗਲੇ ਮਹੀਨੇ ਮੇਰਾ ਟਰੈਕ ਆ ਰਿਹਾ, ਇੱਕ ਸਿੰਗਲ ਟਰੈਕ, ਤਾਂ ਡੀ ਜੇ ਫਲੋ ਨੇ ਮਿਊਜ਼ਿਕ ਕੀਤਾ ਉਹਦਾ, ਔਰ ਕਾਫੀ ਸੋਹਣਾ ਟਰੈਕ ਹੈ, ਡਿਫਰੈਂਟ ਜਿਹਾ ਟਰੈਕ ਹੈ, ਸ਼ਾਇਦ ਇਮੇਜ ਚੇਂਜ ਕਰ ਦੂਗਾ ਜੋ ਮੇਰੀ ਅਜੇ ਤੱਕ ਬਣੀ ਹੋਈ ਹੈ। ਸੋ ਉਹ ਚੀਜ਼ ਰਹਿੰਦੀ, ਉਹ ਪੂਰੀ ਕਰ ਦੇਣੀ, ਉਹ ਪੂਰੀ ਕਰ ਦੇਣੀ। ਵੈਸੇ ਵੀ ਅਗਲਾ ਹਰ ਇੱਕ ਕਹਿੰਦਾ ਪਹਿਲਾਂ ਫਿਲਮਾਂ 'ਚ ਸੀ, ਹੁਣ ਗਾਉਣ ਲੱਗ ਗਏ ਇੱਦਾਂ। ਅਤੇ ਦੂਸਰੀ ਗੱਲ ਬਈ, ਇਸ਼ਕ ਆ ਜਦੋਂ ਤੁਸੀਂ ਨਾ ਚੂਜ਼ ਕੀਤੀ, ਤਾਂ ਮਤਲਬ ਕੀ ਕਾਰਨ ਸੀ, USP ਕੀ ਹੈ ਫਿਲਮ ਦੀ ਵੀ ਇਸ਼ਕ? ਸਭ ਤੋਂ ਵੱਡੀ USP ਬਾਈ ਹੈਗੀ ਹੈ ਕੁਝ ਵੱਖਰਾ, ਸੈਕਿੰਡ ਐਜ਼ ਐਨ ਐਕਟਰ ਪੁਆਇੰਟ ਆਫ ਵਿਊ ਉਹਦੇ 'ਚ ਕਰਨ ਵਾਸਤੇ ਬਹੁਤ ਸੀ, ਆਪਣੇ ਆਪ ਨੂੰ ਪ੍ਰੂਵ ਕਰਨ ਵਾਸਤੇ ਉਸ ਕਰੈਕਟਰ ਨੂੰ ਢਾਲ ਕੇ ਕਿ ਇਹ, ਔਰ ਸਿਰਫ ਮੇਰੇ ਲਈ ਨਹੀਂ, ਹਰ ਕਿਰਦਾਰ ਲਈ, ਚਾਹੇ ਉਹ ਅਮਨ ਸਿੰਘ ਦੀਪ ਦਾ ਕਿਰਦਾਰ ਹੋਏ, ਚਾਹੇ ਪਾਇਲ ਰਾਜਪੂਤ ਦਾ, ਚਾਹੇ ਕਰਮਜੀਤ ਅਨਮੋਲ ਭਾਅ ਜੀ ਦਾ, ਜਾਂ ਸ਼ਵਿੰਦਰ ਮਹਿਲ ਸਾਹਿਬ ਦਾ, ਔਰ ਸਾਰਿਆਂ ਨੇ ਸਿਲੈਕਟ ਨਾ ਕੀਤੀ ਸੀ ਕਿ ਯਾਰ ਇਹ ਵੱਖਰਾ ਹੈ ਨਵ,
ਇਹ ਉਹ ਚੀਜ਼ ਨਹੀਂ ਹੈ ਜੋ ਅਸੀਂ ਰੈਗੂਲਰ ਬੇਸਿਸ 'ਤੇ ਕਰ ਰਹੇ ਹਾਂ। ਇਹੀ ਕਮਾਲ ਦੀ ਚੀਜ਼ ਹੈ ਇਸ ਫਿਲਮ ਦੀ, ਇਹ USB ਹੈ। ਅਤੇ ਦੂਜੀ ਗੱਲ ਬਾਕੀ ਤਾਂ ਕਿੱਟੀ ਪਾਰਟੀ ਉਹਦੀ ਲਾਈਨ ਆਪਣੇ ਹੈ ਨਾ, ਹਾਂਜੀ ਤਾਂ ਕਾਮੇਡੀ ਦੀ, ਉਹ ਤਾਂ ਕਿੱਟੀ ਪਾਰਟੀ ਬਿਲਕੁਲ ਹੀ ਆਊਟ ਆਫ ਦ ਬੋਕਸ ਕਾਮੇਡੀ, ਆਊਟ ਐਂਡ ਆਊਟ, ਔਰ ਲੇਡੀਜ਼ ਦੀ ਕਹਾਣੀ ਹੈ ਜੋ ਪੰਜਾਬ ਦੇ ਡਿਫਰੈਂਟ ਡਿਫਰੈਂਟ ਪੱਖੋਂ ਆ ਕੇ ਇੱਥੇ ਚੰਡੀਗੜ੍ਹ 'ਚ ਰਹਿੰਦੀਆਂ ਨੇ, ਕੋਈ ਬਠਿੰਡੇ ਦੀ ਹੈ, ਕੋਈ ਅੰਮ੍ਰਿਤਸਰ ਦੀ, ਇੱਦਾਂ, ਔਰ ਉਹ ਕੀ ਹੁੰਦਾ ਉਹਨਾਂ 'ਚ, ਉਹ ਕਿਉਂ ਉਹਨਾਂ ਲੇਡੀਜ਼ ਨੂੰ ਥਾਈਲੈਂਡ ਜਾਣਾ ਪੈਂਦਾ ਹੈ, ਇਟਸ ਅਬਾਊਟ ਦੈਟ। ਅੱਛਾ, ਇਸ ਵਾਰੀ ਲੇਡੀ ਜਾਣੀ ਇਹ ਪਹਿਲੀ ਵਾਰੀ ਹੋ ਰਿਹਾ। ਹਾਂਜੀ 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 ਹਾਂਜੀ, ਮੈਂ ਬੜੀਆਂ ਚੀਜ਼ਾਂ ਪਹਿਲੀ ਵਾਰੀ ਕਰਦਾ ਜੀ, ਇਹ ਪਹਿਲੀ ਵਾਰ। ਅਤੇ ਅਮਨ ਵੀਰੇ 2015 ਤੋਂ ਬਾਅਦ ਹੈ ਨਾ, ਠੀਕ ਆ, ਚੱਲਦਾ ਰਿਹਾ ਸਾਰਾ ਕੁਛ, ਫਿਲਮਾਂ ਹੋਰ ਵੀ ਆਉਂਦੀਆਂ ਨੇ ਬੰਦੇ 'ਚ ਹੈ ਨਾ, ਬਹੁਤ ਜ਼ਿਆਦਾ ਹੁੰਦਾ ਵੀ ਆਪਾਂ ਕਰੀਏ, ਅਤੇ ਇਹ ਫਿਲਮ ਕਰਨ ਦਾ ਮਤਲਬ ਵੀ ਕਿਵੇਂ ਸਬੱਬ ਬਣਿਆ, ਕਿਵੇਂ ਤੁਹਾਡੇ ਲਈ ਆਈ ਕਹਾਣੀ, ਕੀ ਗੱਲਬਾਤ ਸੀ? ਸਬੱਬ ਭਾਅ ਜੀ ਇਸ ਤਰੀਕੇ ਨਾਲ ਬਣਿਆ ਕਿ ਅਸੀਂ ਨਾ ਉੱਥੇ ਮੈਂ ਭਾਅ ਜੀ ਅਸੀਂ ਮਿਸਟਰ ਪੰਜਾਬ ਦੌਰਾਨ ਹੀ ਮਿਲੇ ਸੀਗੇ, ਜਿੱਥੇ ਸਾਡੀ ਆਲਰੇਡੀ ਭਾਅ ਜੀ ਨੂੰ ਪਰਫੋਰਮੈਂਸ ਬਹੁਤ ਪਸੰਦ ਆਈ ਸੀਗੀ ਮੇਰੀ, ਇੱਕ ਜਿਸ 'ਚ ਮੈਨੂੰ ਸਟੈਂਡਿੰਗ ਕੁਐਸਚਨ ਵੀ ਮਿਲੀ ਸੀਗੀ, ਸਾਡੀ ਉਦੋਂ ਸੀਗੀ ਕਿ ਹਾਂ ਵੀ ਇਕੱਠੇ ਕੰਮ ਕਰਾਂਗੇ, ਅਤੇ ਮੈਂ ਕਿਹਾ ਜ਼ਰੂਰ ਭਾਅ ਜੀ ਮੈਨੂੰ ਚੰਗਾ ਲੱਗੂਗਾ ਬਹੁਤ ਜ਼ਿਆਦਾ। ਫਿਰ ਦੈਨ ਅਸੀਂ ਇੱਕ ਵਾਰੀ ਇੱਕ ਇੰਟਰਵਿਊ ਦੇ ਵਿੱਚ ਮਿਲੇ, ਅਤੇ ਉੱਥੇ ਦੁਬਾਰਾ ਗੱਲ ਚਿੜੀ ਕਿ ਵੀ ਫਿਲਮ ਮੈਂ ਕਰ ਰਿਹਾ ਹੈ ਨਾ, ਤੂੰ ਇੱਕ ਵਾਰੀ ਮਿਲੋ ਮੈਨੂੰ ਆ ਕੇ ਸਟੋਰੀ ਸੁਣੋ ਇਹ। ਫਿਰ ਅਸੀਂ ਮਿਲੇ, ਉਸ ਤੋਂ ਬਾਅਦ ਫਿਰ ਸਾਡੀ ਅੱਛਾ ਲੱਗਿਆ ਮੈਨੂੰ ਵੀ ਕਿ ਯਾਰ ਕੁਛ ਡਿਫਰੈਂਟ ਆ, ਮੈਨੂੰ ਪਰਫੋਰਮ ਕਰਨ ਨੂੰ ਮਿਲੇਗਾ ਕੁਛ ਇਸ ਵਿੱਚ ਨਾ, ਕਿ ਇਕੱਲਾ ਉਹ ਨਹੀਂ ਕਿ ਪੰਚਿਸ ਜਾਂ ਕੁਛ, ਇੱਕ ਵੱਖਰੇ ਰੰਗ ਦੇਖਣ ਨੂੰ ਮਿਲਣਗੇ ਲੋਕਾਂ ਨੂੰ। ਸੋ ਮੈਨੂੰ ਸ਼ੁਰੂ ਤੋਂ ਬੜਾ ਪਸੰਦ ਆ ਚੈਲੇਂਜਿੰਗ ਕਰਨਾ, ਕਿ ਅਗਰ ਥੀਏਟਰ ਵੀ ਕਰਦਾ ਸੀਗਾ ਤਾਂ ਕੁਛ ਚੈਲੇਂਜਿੰਗ ਕਰਦਾ ਸੀਗਾ ਹਮੇਸ਼ਾ ਮੈਂ, ਕਿ ਵਧੀਆ ਕਿਰਦਾਰ ਡਿਫਰੈਂਟ ਲੈ ਕੇ ਆਵਾਂ ਕੁਛ। ਤੋ ਇੱਥੇ ਵੀ ਮੈਨੂੰ ਜਦੋਂ ਆਪਣਾ ਕਰੈਕਟਰ ਸੁਣਨ ਨੂੰ ਮਿਲਿਆ, ਕਿਉਂਕਿ ਐਜ਼ ਐਨ ਐਕਟਰ ਸਭ ਤੋਂ ਪਹਿਲਾਂ ਤੁਸੀਂ ਦੇਖਦੇ ਹੋ ਕਿ ਕਰੈਕਟਰ ਤੁਹਾਡਾ ਕੀ ਕਰ ਰਿਹਾ, ਉਹ ਕੁਛ ਕੰਟਰੀਬਿਊਟ ਕਰ ਰਿਹਾ ਕਿ ਸਿਰਫ ਉਹ ਐਵੇਂ ਹੀ ਫੇਸ ਵੈਲਿਊ ਲਈ ਜਾਂ ਕਿਸੇ ਚੀਜ਼ ਲਈ ਪਾਇਆ। ਸੋ ਮੈਨੂੰ ਲੱਗਾ ਕਿ ਜਦੋਂ ਕਿਰਦਾਰ ਮੇਰਾ ਅੱਗੇ ਵਧਾ ਰਿਹਾ ਚੀਜ਼ ਨੂੰ, ਯਾਨੀ ਕਿ ਐਕਟਰ ਨੂੰ ਹੀ ਹੁੰਦਾ ਕਿ ਕੰਟਰੀਬਿਊਟ ਕਰੇ ਹੈ ਨਾ, ਸੋ ਕੰਟਰੀਬਿਊਟ ਕਰ ਰਿਹਾ ਸੀਗਾ ਬਹੁਤ ਅੱਛੇ ਤਰੀਕੇ ਨਾਲ। ਪਲੱਸ ਮੈਨੂੰ ਚੈਲੇਂਜਿੰਗ ਇਹ ਸੀਗਾ ਕਿ ਜੋ ਮੇਰੀ ਉਸ ਟਾਈਮ ਪ੍ਰੈਜੈਂਟ ਲੁੱਕ ਸੀਗੀ, ਉਹ 'ਚ ਬੜੀ ਚੇਂਜਸ ਦੀ ਡਿਮਾਂਡ ਸੀਗੀ, ਕੰਮ ਕਰਨਾ ਸੀਗਾ ਆਪਣੀ ਬੋਡੀ ਦੇ ਉੱਪਰ, ਬੋਡੀ ਲੈਂਗੁਏਜ ਦੇ ਉੱਪਰ, ਐਕਸ਼ਨ ਦੇ ਉੱਪਰ। ਮੈਨੂੰ ਸਨੀ ਦਿਓਲ ਹੋਣਾ ਦਾ, ਮੈਂ ਭਾਅ ਜੀ ਦਾ ਬਹੁਤ ਫੈਨ ਰਿਹਾ, ਸੰਜੇ ਦੱਤ ਮੇਰੇ ਬਹੁਤ ਫੇਵਰੇਟ ਨੇ, ਉਹਨਾਂ ਨੂੰ ਦੇਖਿਆ ਐਕਸ਼ਨ ਕਰਦੇ ਦੇਖਿਆ, ਤਾਂ ਮੈਂ ਕਿਹਾ ਯਾਰ ਆਹ ਤਾਂ ਸਵਾਦ ਆਊ ਐਕਸ਼ਨ ਕਰਕੇ। ਸੋ ਐਕਸ਼ਨ ਦੀ ਟ੍ਰੇਨਿੰਗ ਲਈ 8-8 ਘੰਟੇ ਅਸੀਂ ਸਾਡੀ ਚੱਲਦੀ ਸੀਗੀ ਟ੍ਰੇਨਿੰਗ, ਕਈ ਵਾਰੀ ਐਕਸ਼ਨ ਜਿਮ ਸਭ ਕੁਛ ਕਰਨਾ ਹੈ ਨਾ, ਫੁੱਲ ਔਨ ਟ੍ਰੇਨਿੰਗ ਚੱਲਦੀ ਸੀ, ਡਾਇਟ ਮਿਣ ਮਿਣ ਕੇ ਮੈਂ ਖਾਂਦਾ ਸੀ, ਕੰਡਾ ਹੁੰਦਾ ਸੀਗਾ ਉੱਤੇ, 60 ਗ੍ਰਾਮ ਖਾਣਾ, 60 ਗ੍ਰਾਮ ਹੀ ਖਾਣਾ। ਅਤੇ ਦੂਜੀ ਗੱਲ, ਪੰਜਾਬ ਪੁਲਿਸ ਦੀ ਡਿਊਟੀ ਹੈ ਨਾ, ਨਿਭਾਉਣ ਦਾ ਮੌਕਾ ਮਿਲਿਆ, ਇੱਥੇ ਡਬਲ ਡਬਲ ਸੀਗਾ, ਕਿੰਨੀ ਔਖੀ ਸੀ? ਪੰਜਾਬ ਪੁਲਿਸ ਦੀ ਡਿਊਟੀ ਵੀ ਸੀਗੀ, ਪਲੱਸ ਐਜ਼ ਆ ਆਸ਼ਕ ਹੈ ਨਾ, ਆਪਣੀ ਸਹੇਲੀ ਨੂੰ ਵੀ ਕੁਛ ਰੱਖਣਾ, ਕਿੱਦਾਂ ਰੱਖਣਾ ਬਈ। ਸੋ ਨਾਲ ਦੀ ਨਾਲ ਇੱਕ ਬੰਦਾ ਜਿਹੜਾ ਲੈਣੀ ਦੇਣੀ ਕਰ ਰਿਹਾ। ਅਤੇ ਨਾ ਵੀਰੇ, ਕਪੂਰਥਲੇ ਤੋਂ ਹੋ ਗਏ ਇਹ, ਤੁਸੀਂ ਪਟਿਆਲੇ ਤੋਂ ਹੈ ਨਾ, ਅਤੇ ਉੱਥੇ ਫਿਰ ਉਹ ਭਾਸ਼ਾ ਮੁਕਾਬਲਾ ਹੀ ਬਹੁਤ ਹੁੰਦਾ, ਇਹ ਕਹਿੰਦੇ ਮਹਾਰਾਜ ਮਹਾਰਾਜ ਬਹੁਤ ਮਹਾਰਾਜ ਮਹਾਰਾਜ ਕਿ ਨਹੀਂ ਨਹੀਂ ਮੈਨੂੰ ਲੱਗਿਆ ਨਹੀਂ, ਇਹਦੀ ਲੈਂਗੁਏਜ ਬਹੁਤ ਵਧੀਆ ਹੈ, ਪੰਜਾਬੀ ਤਾਂ ਬਹੁਤ ਸੋਹਣੀ ਆ। ਹਾਂ ਇਹ ਹਰ, ਦੇਖੋ ਪੰਜਾਬ ਦੇ ਹਰ ਪੁਆਇੰਟ 'ਚ ਘੱਟ ਲੈਂਗੁਏਜ ਆ, ਅੰਮ੍ਰਿਤਸਰ ਵਾਲੇ ਕਰਨ ਡਿਆ ਵਾ ਹੈ ਨਾ, ਉੱਧਰ ਬਠਿੰਡੇ ਵਾਲੇ ਆਊਂ ਕਰ ਲਓ, ਫਿਰ ਇੱਧਰ ਇਹਨਾਂ ਦੇ ਥੋੜ੍ਹੀ ਜਿਹੀ ਅੱਡ। ਸਾਡੀ ਬੇਸਿਕਲੀ ਕੀ ਹੋ ਗਿਆ ਭਾਅ ਜੀ, ਦੁਆਬਾ ਏਰੀਆ 'ਚ ਨਾ ਰਹਿਣ ਕਰਕੇ ਮੈਂ ਬਹੁਤ ਸਾਲ ਬਾਹਰ ਵੀ ਰਿਹਾ, ਸੋ ਮੇਰੇ ਕੋਲ ਕੀ ਹੈਗੇ ਕਿ ਬੜੇ ਤਕਰੀਬਨ ਸਾਰੀਆਂ ਬੋਲੀਆਂ ਦੇ ਲਫ਼ਜ਼ ਹੈਗੇ। ਅੱਛਾ, ਵਿੱਚ ਮੈਂ ਸੰਗਰੂਰ ਤੋਂ, ਸੰਗਰੂਰ ਵਾਲੇ ਕੀ ਕਹਿੰਦੇ ਹੁੰਦੇ ਆ, ਜਿੱਦਾਂ ਕਈ ਚੀਜ਼ਾਂ ਆਉਂਦੀਆਂ, ਜਿੱਦਾਂ ਭਾਊ ਵੀ ਆ ਜਾਂਦਾ ਕਈ ਵਾਰੀ, ਕਿੱਦਾਂ ਭਾਊ ਕੀ ਕਰ ਰਿਹਾ ਹੈ ਨਾ, ਜਾਂ ਕਈ ਵਾਰੀ ਕਹਿੰਦਾ ਕਿ ਯਾਰ ਗਾਹ ਨੂੰ ਹੋ ਗਈ, ਗਾੜੀ ਹੋ ਜਾ, ਗਾੜੇ ਹੈ ਨਾ, ਜਿੱਦਾਂ ਉਸ ਤਰੀਕੇ ਦੇ। ਫਿਰ ਜਾਂ ਬਾਈ ਹੋਣੀ, ਪਹਿਲਾਂ ਅਸੀਂ ਕਹਿੰਦੇ ਵੀਰਾ, ਹੁਣ ਬਾਈ ਐਡ ਹੋ ਗਿਆ ਹੈ ਨਾ, ਬੜੀ ਚੀਜ਼ਾਂ ਇਹ ਜਿਹੜੀਆਂ ਕਿ ਮਤਲਬ, ਕਿਉਂਕਿ ਬਾਹਰ ਰਹੇ ਹਾਂ ਤਾਂ ਉਹ ਤੁਹਾਨੂੰ ਇਹ ਲੋਕ ਇਕੱਲਾ ਕਿ ਇੱਕ ਏਰੀਏ ਦੀ ਲੈਂਗੁਏਜ, ਤੁਹਾਨੂੰ ਇਹ ਲੱਗੇਗਾ ਕਿ ਪੰਜਾਬ ਦੀ ਬੋਲੀ ਹੈ। ਥੋੜ੍ਹੀ ਜਿਹੀ ਰਿਫਿਊਜੀ, ਕਿਉਂਕਿ ਪਾਕਿਸਤਾਨ ਵੱਲੋਂ ਸਾਰੇ ਆਏ ਸੀ ਆਪਾਂ ਗੁਜਰਾਤ ਵਾਲੇ ਤੋਂ ਉਸ ਟਾਈਮ, ਤਾਂ ਉਹ ਵਾਲੀ ਭਾਸ਼ਾ ਥੋੜ੍ਹੀ ਜਿਹੀ ਹੈ ਮੇਰੀ ਪੰਜਾਬੀ 'ਚ ਉਹ ਜੀ। ਅਤੇ ਨਾਭਾ ਜੀ ਪਤੇ ਹੈ ਨਾ, ਬਹੁਤ ਕੰਮ ਕਰ ਲਏ, ਬਹੁਤ ਜ਼ਿਆਦਾ ਹੈ ਨਾ, ਗਾਣੇ ਕੀ, ਪੰਜਾਬੀ ਗਾਣੇ ਕੀ ਹੈ ਨਾ, ਅਤੇ ਪਰ ਬਈ ਤੁਸੀਂ ਡਾਊਨ ਟੂ ਅਰਥ ਬਹੁਤ ਹੋ, ਮਤਲਬ ਮੈਂ ਦੇਖ ਰਿਹਾ ਸੀ ਉਹੀ ਸਿੰਪਲ ਸਾਦੀ ਜ਼ਿੰਦਗੀ ਹੈ ਨਾ, ਨਹੀਂ ਤਾਂ ਮੇਰੇ ਵਰਗੇ ਤਾਂ ਇੱਕ ਅੱਧਾ ਗਾਣਾ ਆ ਜਾਂਦਾ, ਅਤੇ ਉਹ ਸ਼ਾਂਪਾਂ ਛੱਲੇ ਹੋ ਜਾਂਦੇ ਨੇ, ਥੋੜ੍ਹਾ ਮੋਟਾ ਇੰਸਟਾਗ੍ਰਾਮ 'ਤੇ ਬਹੁਤ ਜ਼ਿਆਦਾ, ਮਤਲਬ ਵੀ ਰੇਡੀਓ ਮੂਵੀ ਦੀ ਗੱਲ ਕਰਨਾ ਜਾਂ ਕਿਸੇ 'ਤੇ, ਅਤੇ ਯੰਗ ਫੋਰਐਵਰ ਨਹੀਂ ਕਹਿ ਸਕਦਾ, ਮਤਲਬ ਵੀ ਬੜਾ ਸਿੰਪਲ ਅਤੇ ਸ਼ਾਂਤ ਸੁਭਾਅ ਦਾ। ਉਹ ਕਿਉਂ ਹਵਾ ਜੀ ਕਿਉਂ ਨਹੀਂ ਲੱਗੀ ਬਈ? ਭਾਅ ਜੀ ਲੱਗਣ ਨਹੀਂ ਦਿੱਤੀ, ਮਾਂ ਪਿਓ ਨੇ ਵੱਡਾ ਇੱਦਾਂ ਕੀਤਾ ਕਿ ਡਾਊਨ ਟੂ ਅਰਥ ਰਹਿਣਾ, ਉਹ ਮਦਰ ਦੀ ਸਾਰੀ ਸਿੱਖਿਆ ਮਾਂ ਦੀ, ਕਿ ਨਹੀਂ ਕਿਸੇ ਦੇ ਸਾਹਮਣੇ ਇੱਦਾਂ ਨਹੀਂ, ਜਿੱਥੇ ਮਰਜ਼ੀ ਪਹੁੰਚ ਜਾ ਤੂੰ ਇੱਦਾਂ ਹੀ ਰਹਿਣਾ ਤੂੰ। ਮੈਂ ਠੀਕ ਹੈ ਜੀ, ਬਿਲਕੁਲ, ਔਰ ਮੈਨੂੰ ਵਧੀਆ ਲੱਗਦਾ ਜਦੋਂ ਕੋਈ ਵੀ, ਖਾਸਕਰ ਜਿਹੜੇ ਮੇਰੇ ਜ਼ਿਆਦਾ ਦੋਸਤ ਦੇ, ਜ਼ਿਆਦਾ ਮੇਰੇ ਦੋਸਤ ਕਹਿ ਲਓ, ਮੇਰੇ ਤੋਂ ਉਮਰ 'ਚ ਬਹੁਤ ਵੱਡੇ ਨੇ, 60-60 ਸਾਲ ਦੇ, 50-50 ਸਾਲ ਦੇ, ਮੇਰੇ ਉਹ ਸਰਕਲ ਆ ਮੇਰਾ, ਉਹਨਾਂ ਤੋਂ ਇਹ ਚੀਜ਼ਾਂ ਸਿੱਖਣ ਨੂੰ ਮਿਲਦੀਆਂ ਨੇ, ਕਿਉਂਕਿ ਉਹਨਾਂ ਨੇ ਐਕਸਪੀਰੀਅੰਸ ਕਰ ਲਿਆ, ਉਹਨਾਂ ਨੇ ਚੌੜ ਵੀ ਮਾਰ ਲਈ ਆਪਣੇ 25-30-35 ਸਾਲ 'ਚ, ਉਹਨਾਂ ਨਾਲ ਬਹਿੰਦੇ ਤਾਂ ਉਹ ਫਿਰ ਇਹੀ ਗੱਲਾਂ ਕਰਦੇ ਨੇ, ਫਿਰ ਤੁਸੀਂ ਉੱਦਾਂ ਦੇ ਰਹਿੰਦੇ ਹੋ। ਸੋ ਆਹ ਚੀਜ਼ ਆ, ਅਤੇ ਜਿਵੇਂ ਫਿਲਮ ਪ੍ਰੋਡਿਊਸਰ ਨਾ ਬਾਜਵਾ ਨੇ ਕੀਤੀ ਹੈ ਨਾ, ਅਤੇ
ਮੈਨੂੰ ਇੱਕ ਵਧੀਆ ਪੈਕੇਜ ਮਿਲ ਰਿਹਾ ਸੀ ਘੱਟ ਬਜਟ 'ਚ, ਮੈਂ ਕਿਹਾ ਲੈ ਲਓ ਯਾਰ, ਟੈਲੈਂਟ ਨਹੀਂ ਛੱਡਣਾ ਬਈ, ਮਿਹਨਤ ਬਹੁਤ ਲੱਗੀ ਹੈ, ਰੁਪਈਏ ਪੂਰੇ ਲਵਾਂਗੇ। ਜਦੋਂ ਜਦੋਂ ਗੱਲ ਜਨੂਨ ਦੀ ਆਉਂਦੀ ਨਾ ਭਾਅ ਜੀ, ਪੈਸੇ ਤਾਂ ਦੇਖੋ ਸਾਰੇ ਲੈ ਕਮਾ ਹੀ ਲੈਣੇ, ਕਿਤੇ ਨਾ ਕਿਤੋਂ ਆ ਹੀ ਜਾਣੇ, ਹੈ ਨਾ। ਪਰ ਜਦੋਂ ਗੱਲ ਜਨੂਨ ਦੀ ਹੋਵੇ ਤਾਂ ਤੁਸੀਂ ਨਾ ਕਦੀ ਸੋਚਦੇ ਹੀ ਨਹੀਂ ਕਿ ਮੈਨੂੰ ਪੈਸਾ ਦਿਓ। ਮੈਂ ਅੱਜ ਹੁਣ ਤੱਕ ਨਹੀਂ ਕਦੇ ਕਿਸੇ ਨੂੰ ਪੁੱਛਿਆ ਭਾਅ ਜੀ ਪੈਸੇ ਕੀ ਦਿਓਗੇ, ਕਿ ਗੱਲ ਹੀ ਨਹੀਂ ਹੋਈ ਕਦੀ। ਬਹੁਤ ਵਧੀਆ ਟੀਕਾ ਲਾਇਆ ਹੋਇਆ ਇਹ, ਪੂਰਾ ਕਾਮਯਾਬ ਰਹੂਗਾ, ਇਹ ਕਾਮਯਾਬ ਰਹੂਗਾ ਪੂਰਾ, ਇਹ ਬਹੁਤ ਇੰਟੈਲੀਜੈਂਟ ਹੈ ਬੰਦਾ। ਸੱਚ ਹੈ, ਚਾਹੇ ਤੁਸੀਂ ਮਤਲਬ ਮੈਂ ਨਹੀਂ ਅੱਜ ਤੱਕ ਨਹੀਂ ਪੁੱਛਿਆ ਪੈਸੇ ਕੀ ਦਿਓਗੇ, ਹੈ ਨਾ। ਇਹ ਜ਼ਰੂਰ ਕਈ ਵਾਰੀ ਹੁੰਦਾ ਕਿ ਜੇ ਕਦੇ ਆਪ ਖਰਚ ਰਹੇ ਤਾਂ ਥੋੜ੍ਹੀ ਤਾਂ ਕਿੱਥੋਂ ਘਟਾਈਏ, ਨਹੀਂ ਚੱਲ ਪ੍ਰੋਡਕਸ਼ਨ ਪਾਈ ਦੀ ਆ, ਫਿਰ ਖਵਾਉਂਦੇ ਪਿਆਉਂਦੇ ਤਾਂ ਵਧੀਆ ਹੋਣੇ ਰਜਾ ਕੇ ਪੂਰੇ ਨਹੀਂ ਨਹੀਂ ਖਿਲਾਉਂਦੇ ਸੀਗੇ, ਪਲਾਉਂਦੇ ਤਾਂ ਖੈਰ ਕੀ ਸੀਗੇ ਬਈ। ਮੇਰੀ ਭਾਜੀ ਪ੍ਰੋਡਕਸ਼ਨ ਨੇ, ਬਟ ਮੇਰੇ ਨਾਲ ਟਰਬੀਨੇਟਰ ਐਂਟਰਟੇਨਮੈਂਟ ਵੀ ਇਹ ਕੰਪਨੀ ਉਹ ਪ੍ਰੋਡਿਊਸ ਕਰ ਰਹੇ ਨੇ ਬਾਈ ਹਣੀ ਨੇ, ਔਰ ਬਹੁਤ ਬਹੁਤ ਹੀ ਕਮਾਲ ਦੇ ਰਿਹਾ ਜੇ ਬੰਦੇ ਨੇ ਕਿ ਨਵ ਅਸੀਂ ਪਿੱਛੇ ਖੜ੍ਹੇ ਹਾਂ ਐਜ਼ ਅ ਬੈਕਬੋਨ, ਤੁਸੀਂ ਅੱਗੇ ਜਾ ਕੇ ਕਰੋ, ਤੁਹਾਨੂੰ ਜੋ ਚਾਹੀਦਾ ਜੋ ਕਾਸਟ ਚਾਹੀਦੀ ਅਸੀਂ ਇੰਟਰਫੇਰੈਂਸ ਨਹੀਂ ਕਰਾਂਗੇ। ਇਹ ਬਹੁਤ ਵੱਡਾ ਸਪੋਰਟ ਹੁੰਦਾ, ਕਿਉਂਕਿ ਮੈਂ ਤਾਂ ਭਾਜੀ ਮੈਂ ਆਮ ਅ ਪ੍ਰੈਜ਼ੈਂਟਰ ਬੇਸਿਕਲੀ, ਮੈਨੂੰ ਉਹ ਪ੍ਰੋਡਕਟ ਬਣਾ ਕੇ ਦੇਣਾ ਹੈ ਉਹਨਾਂ ਨੂੰ ਬਹੁਤ ਵਧੀਆ ਲੈਵਲ 'ਤੇ, ਬਾਕੀ ਸਾਰਾ ਸਾਰਾ ਬੈਕਬੋਨ ਹੋ ਰਹੇ ਨੇ ਟਰਬੀਨੇਟਰ ਐਂਟਰਟੇਨਮੈਂਟ ਬੈਕਬੋਨ ਆ ਫਿਲਮ ਦੀ। ਅਤੇ ਮੈਂ ਵੀ ਫਿਲਮਾਂ ਦੇ ਸੈੱਟ 'ਤੇ ਜਾ ਕੇ ਦੇਖਿਆ ਨਾ, ਐਕਟਰ ਨੂੰ ਆਰਾਮ ਮਿਲ ਜਾਂਦਾ, ਐਕਟਰ ਫਿਰ ਵੀ ਬੈਨਟੀ 'ਚ ਜਦੋਂ ਦੂਸਰੇ ਐਕਟਰ ਦਾ ਸ਼ੋਟ, ਪਰ ਡਾਇਰੈਕਟਰ ਤਾਂ ਮਤਲਬ ਰੱਬ ਦਾ ਬੰਦਾ ਹੁੰਦਾ, ਪਹਿਲੇ ਸ਼ੋਟ ਤੋਂ ਲੈ ਕੇ ਸਟੈਬਲਿਸ਼ ਸ਼ੋਟ ਤੋਂ ਲੈ ਕੇ ਨਾ ਲਾਸਟ ਤੱਕ ਉਹੀ ਕੰਮ। ਅਤੇ ਨੀਂਦ ਨੂੰ ਹੁੰਦਾ ਕਿ ਮੇਰੇ ਹੈ ਫਿਰ ਬਹੁਤ ਬਹੁਤ ਘੱਟ ਭਾਜੀ, 36 ਘੰਟੇ ਵੀ ਸ਼ੂਟ ਕੀਤਾ, ਕਰਨਾ ਪਿਆ ਸਾਨੂੰ, ਸਿਚੁਏਸ਼ਨ ਇਹੋ ਜਿਹੀ ਬਣ ਗਈ ਸੀ, ਇੱਕ ਜਗ੍ਹਾ 'ਤੇ ਸ਼ੂਟ ਕਰ ਰਹੇ ਸੀ, ਮੀਂਹ ਪੈ ਗਿਆ, ਲਾਈਟਾਂ ਫੁੱਕ ਗਈਆਂ ਦੋ, ਔਰ ਟਰੱਕ ਫਸ ਗਿਆ, ਸੋ ਅਸੀਂ ਉੱਥੇ ਹੀ ਸਟੱਕ ਹੋ ਗਈ ਸਾਰੀ ਟੀਮ ਸਾਡੀ 36 ਘੰਟੇ ਲਈ, ਲਾਈਟਸ ਨਹੀਂ ਹੈਗੀਆਂ, ਕੁਛ ਨਹੀਂ ਹੈਗੀਆਂ, ਫੋਨ ਚਾਰਜਿੰਗਸ ਖਤਮ ਹੋ ਗਈਆਂ ਸਾਰਿਆਂ ਦੀਆਂ, ਸੋ ਅਸੀਂ ਕਿਹਾ ਚੱਲਣ ਦਿਓ ਸ਼ੂਟ, ਫਿਰ ਹੁਣ ਕੁਛ ਨਹੀਂ ਹੁੰਦਾ, ਕੈਮਰਾ ਹੈਗਾ ਨਾ, ਸਵੇਰ ਹੋਈ ਥੋੜ੍ਹੀ ਧੁੱਪ ਆਈ, ਉਧਰੋਂ ਸੁੱਕ ਰਿਹਾ, ਇੱਧਰੋਂ ਸ਼ੂਟ ਚੱਲ, ਸੋ ਇੱਦਾਂ ਵੀ ਕੀਤਾ ਫਿਰ ਸਟ੍ਰੈਸ ਦੂਰ ਕਰਨ ਲਈ, ਹੈ ਨਾ, ਕਿਉਂਕਿ ਔਖਾ ਭਾਜੀ ਮੈਂ ਇਸ਼ਕਾ ਖਤਮ ਕਰਕੇ ਮੈਂ ਬਾਹਰ ਗੇੜਾ ਮਾਰ ਕੇ ਆਇਆ, ਹਫ਼ਤਾ 10 ਦਿਨ ਰਹਿ ਗਏ ਆ ਖੁੱਲ੍ਹਾ ਛੋੜਾ ਹੋ ਕੇ, ਨਹੀਂ ਪਰ ਇਟ ਇਜ਼ ਭਾਜੀ ਹੈ ਹੀ ਇੱਦਾਂ ਹੀ ਕੰਮ ਹੁੰਦਾ ਹੈ, ਮਿਹਨਤ ਇੱਦਾਂ ਹੀ ਮਾਰਨੀ ਪੈਂਦੀ ਹੈ, ਭਾਵੇਂ ਅਸੀਂ ਖੇਤਾਂ 'ਚ ਜਾ ਕੇ ਕਰੀਏ ਜੱਟ ਬੰਦਾ, ਅਤੇ ਭਾਵੇਂ ਤੁਸੀਂ ਕੈਮਰੇ ਦੇ ਪਿੱਛੇ ਕਰੋ, ਉਹ ਤਾਂ ਜੱਟਾਂ ਦੇ ਖੂਨ 'ਚ ਹੁੰਦੀ ਵੀਰੇ, ਉਹ ਮੈਂ ਕੁਛ ਨਹੀਂ ਕਰਦਾ ਪ੍ਰੋਜੈਕਟ ਵੈਸੇ ਤਾਂ ਸਾਨੂੰ ਅੱਜ ਸੋਸ਼ਲ ਮੀਡੀਆ ਦੱਸ ਦਿੰਦਾ। ਹਾਂਜੀ ਮੇਰੇ ਥੋੜ੍ਹੀ ਜਿਹੀ ਮੈਂ ਸਪੀਡ ਖਿੱਚੀ ਹੈ, ਅਤੇ ਖਿੱਟੀ ਪਾਰਟੀ ਆ ਰਹੀ ਆ, ਬਹੁਤ ਡਿਫਰੈਂਟ ਸਬਜੈਕਟ ਆ, ਫਿਰ ਇੱਕ ਹੋਰ ਫਿਲਮ ਸ਼ੁਰੂ ਕਰ ਰਿਹਾ ਜੱਦੀ ਖਜ਼ਾਨਾ, ਔਰ ਇਹ ਵੀ ਬੜਾ ਵੱਖਰਾ ਸਬਜੈਕਟ ਹੈ, ਜੱਦੀ ਖਜ਼ਾਨਾ ਟ੍ਰੈਜਰ ਹੰਟਿੰਗ ਉੱਤੇ, ਖਜ਼ਾਨੇ ਦੀ ਖੋਜ ਉੱਤੇ ਹੈ ਸਬਜੈਕਟ, ਸੋ ਮੇਰੇ ਇੱਦਾਂ ਦੀ ਹੁੰਦੇ ਨੇ ਵੀਰੇ ਆਊਟ ਆਫ ਦਾ ਬੋਕਸ, ਪਤਾ ਮੈਂ ਤਾਂ ਬਾਈ ਦਾ ਫੈਨ ਹੈ ਨਾਲ ਕਰੇ ਜਾਂਦੇ ਆ ਕੰਮ, ਇਹੋ ਜਿਹੇ ਉੱਦਾਂ ਨਹੀਂ ਗਾ ਵੀ ਹਾਂ ਵੀ ਹੁਣ ਮੈਂ ਸੋਚਦਾ ਨਹੀਂ ਵੀਰੇ, ਮੈਂ ਨਹੀਂ ਮੈਂ ਸੋਚਦਾ ਨਹੀਂ, ਮੈਂ ਸਿਰਫ ਚੱਲਣਾ ਅੱਗੇ, ਫੋਕਾ ਘੋੜੇ ਵਾਂਗੂ ਨਾ ਇੱਦਾਂ ਬੰਨ ਕੇ ਅੱਗੇ ਵੀ ਚੱਲੇ ਚੱਲੋ ਉਹ। ਅਮਨ ਕਿੰਨਾ ਕੁ ਘੈਂਟ ਲੱਗ ਰਿਹਾ ਬਾਈ, ਹੈ ਨਾ, ਉੱਦਾਂ ਤਾਂ ਮਤਲਬ ਪੀ ਟੀ ਸੀ 'ਤੇ ਧੁੰਮਾਂ ਪਾਈ ਦਿੰਦੇ ਹੋ, ਅਤੇ ਹੁਣ ਪ੍ਰਮੋਸ਼ਨਾਂ ਸਟਾਰਟ ਹੋ ਜਾਣਗੀਆਂ, ਕਿਹੋ ਜਿਹੀ ਫੀਲਿੰਗ ਆ ਰਹੀ ਹੈ ਜਦੋਂ ਆਪਾਂ ਐਂਕਰਿੰਗ ਕਰਦਾ ਬੰਦਾ ਵੀ ਹੁਣ ਆ ਰਿਹਾ ਹੁਣ ਆ ਰਿਹਾ ਨਾ, ਪਹਿਲਾਂ ਇੰਟਰਵਿਊਆਂ ਦਾ ਸੈਸ਼ਨ ਸੀ, ਹੁਣ ਖੁਦ ਕਿਹਾ ਕਰਨੇ ਵੀ ਅਮਨ ਸਿੰਘ ਦੀਪ ਆ ਰਿਹਾ ਅਤੇ ਸਟੇਜ ਦੇ ਉੱਤੇ। ਦੇਖੋ ਜੀ ਜ਼ਿੰਦਗੀ ਦੇ ਪੜਾਅ ਬਦਲਦੇ ਦੇਖ ਰਹੇ ਹਾਂ, ਸਵਾਦ ਆ ਰਿਹਾ ਦੇਖਣ ਦਾ, ਮੈਂ ਇਹੀ ਗੱਲ ਇੱਕੋ ਗੱਲ ਕਹੂੰਗਾ, ਸਵਾਦ ਆ ਰਿਹਾ ਕਿ ਜਦੋਂ ਇੱਕ ਟਾਈਮ ਹੁੰਦਾ ਸੀਗਾ, ਜਦੋਂ ਇੱਕ ਟਾਈਮ ਸੀਗਾ ਕਿ ਮੇਰੇ ਦਿਲ 'ਚ ਯਾਰ ਪੀ ਟੀ ਸੀ 'ਚ ਉਸ ਐਂਕਰਿੰਗ ਹੀ ਮਿਲ ਜਾਵੇ ਚਾਹੇ ਕੁਛ ਮਿਲ ਜਾਵੇ, ਹੈ ਨਾ, ਕਿਸੇ ਤਰੀਕੇ ਮੈਂ ਘਰ ਪਿੰਡ ਬੈਠੇ ਸੋਚਦੇ ਹੁੰਦੇ ਸੀਗੇ, ਫਿਰ ਪੀ ਟੀ ਸੀ ਨੇ ਹੱਥ ਫੜਾਇਆ, ਪਰਮਾਤਮਾ ਨੇ ਮਿਹਰ ਕੀਤੀ, ਸ਼ੋਅ ਜਿੱਤ ਲਿਆ ਆਪਾਂ ਉਹਨਾਂ ਦਾ, ਹੈ ਨਾ, ਉਹਨਾਂ ਦੇ ਆਪਾਂ ਵਿਨਰ ਬਣ ਗਏ, ਫਿਰ ਉਹ ਬੁਲਾਉਂਦੇ ਸੀਗੇ ਹਾਂਜੀ ਆਹ ਤੁਸੀਂ ਕਰਨਾ ਜੀ ਆਹ ਤੁਸੀਂ, ਫਿਰ ਮੈਂ ਉਹ ਜਿਹੜਾ ਸ਼ੋਅ ਜਿੱਤਿਆ ਹੋਸਟ ਕਰਨ ਲੱਗ ਪਿਆ, ਹੋਰ ਖੁਸ਼ੀ ਹੋਈ, ਦੁੱਗਣੀ ਤਿੱਗਣੀ ਹੋ ਗਈ, ਫਿਲਮ ਮਿਲ ਗਈ ਜਿਹੜਾ ਸੁਪਨਾ ਹੁੰਦਾ ਹਰੇਕ ਬੰਦੇ ਦਾ ਕਿ ਬਈ ਮੈਂ ਲਾਈਮ ਲਾਈਟ 'ਚ ਆਵਾਂ, ਹੈ ਨਾ, ਜੋ ਦਿਲੀ ਖਵਾਹਿਸ਼ ਹੁੰਦੀ ਨਾ, ਜੋ ਤੁਸੀਂ ਇੱਕ ਛੋਟੇ ਲੈਵਲ 'ਤੇ ਕਰ ਰਹੇ ਹੋ, ਜਦੋਂ ਵੱਡਾ ਉਹਨੂੰ ਧਮਾਕਾ ਮਿਲ ਜਾਂਦਾ ਤਾਂ ਫਿਰ ਉਹ ਬਹੁਤ ਜ਼ਿਆਦਾ ਦਿਲੀ ਖੁਸ਼ੀ ਹੁੰਦੀ ਹੈ। ਸੋ ਮੇਰੇ ਵਾਸਤੇ ਤਾਂ ਸੁਪਨੇ ਪੂਰੇ ਹੋ ਰਹੇ ਆ ਜੀ, ਸਵਾਦ ਆ ਰਿਹਾ ਬਹੁਤ ਜ਼ਿਆਦਾ, ਚੰਗਾ ਲੱਗ ਰਿਹਾ, ਕੁਛ ਮਿਹਨਤ ਕਰਨ ਦਾ ਕੋਈ ਇੱਕ ਮੈਨੂੰ ਕਾਰਨ ਮਿਲ ਰਿਹਾ ਕਿ ਮੈਂ ਉੱਠਾਂ, ਜਿਮ ਜਾਵਾਂ, ਡਾਇਟ ਖਾਵਾਂ, ਆਪਣੇ ਆਪ 'ਤੇ ਕੰਮ ਕਰਾਂ, ਆਪਣੇ ਆਪ ਨੂੰ ਫਿੱਟ ਰੱਖਾਂ, ਲੋਕਾਂ ਨੂੰ ਦਿਖਣਾ ਮੈਂ, ਹੈ ਨਾ, ਇੱਕ ਜ਼ਰੀਆ ਮਿਲ ਰਿਹਾ ਮੈਨੂੰ, ਇੱਕ ਕਾਰਨ ਮਿਲ ਰਿਹਾ ਕਿ ਮੈਂ ਕਿਉਂ ਕਰਾਂ, ਕਿ ਮੈਂ ਗਲਤ ਪਾਸੇ ਕਿਉਂ ਨਾ ਜਾਵਾਂ, ਮਾਂ ਪਿਓ ਵਾਸਤੇ ਕੁਛ ਕਰਕੇ ਦਿਖਾਵਾਂ, ਆਪਣੇ ਵਾਸਤੇ ਕੁਛ ਕਰ ਦਿਖਾਵਾਂ, ਸੋ ਉਸ ਚੀਜ਼ ਦਾ ਮਜ਼ਾ ਆ ਰਿਹਾ ਭਾਅ ਜੀ ਕਰਨ ਦਾ। ਔਰ ਮੈਂ ਜਦੋਂ ਹੁਣ ਆਪਣੇ ਘਰ ਵੀ ਜਾਂਦਾ ਨਾ, ਅਤੇ ਬੜੀ ਵਾਰੀ ਹੁੰਦਾ ਪਿੰਡ 'ਚ ਕਿ ਲੋਕ ਆ ਜਾਂਦੇ ਕਿ ਫੋਟੋ ਲੈਣੀ, ਬਿਲਕੁਲ 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 ਭਾਅ ਜੀ, ਬੜੀ ਵਾਰੀ ਹੁੰਦਾ, ਹੁਣ ਤਾਂ ਜਿੱਦਾਂ ਘਰ ਕੋਈ ਖੁਸ਼ੀ ਦਾ ਮਾਹੌਲ ਹੁੰਦਾ ਤਾਂ ਬੜੀ ਵਾਰੀ ਉਹ ਆਉਂਦੇ ਨਾ, ਜਿੱਦਾਂ ਜਿਹੜੇ ਕਿ ਨਹੀਂ ਨਹੀਂ ਜਿਹੜੇ ਖੁਸ਼ੀ ਸ਼ਰੀਕ ਸ਼ਰੀਕ ਨਹੀਂ ਭਾਅ ਜੀ, ਜਿਹੜੇ ਖੁਸ਼ੀ ਦੇ ਮੌਕੇ 'ਤੇ ਲੱਗੋ ਮੰਗਣ ਮੰਗਣ ਆਉਂਦੇ ਆ ਕੁਛ, ਹੈ ਨਾ, ਅਤੇ ਉਹ ਹੁਣ ਤਕਰੀਬਨ ਸਾਰੇ ਲੋਕ ਉਹਨਾਂ ਲੋਕਾਂ ਨੂੰ ਸਾਰਿਆਂ ਨੂੰ ਪਤਾ ਵਾ ਕਿ ਹੈ ਨਾ ਮਿਸਟਰ ਉਹ ਹੁਣ ਉਹਨਾਂ ਦੀ ਵਧਾਈ ਦਾ ਰੇਟ ਡਬਲ ਹੋ ਗਿਆ, ਉਹ ਲੱਭਦੇ ਉਹ ਮੁੰਡਾ ਲਿਆਓ ਜੀ ਮਿਸਟਰ ਪੰਜਾਬ ਕਿੱਥੇ, ਮਿਸਟਰ ਪੰਜਾਬ ਦੀਆਂ ਜੇਬਾਂ ਖਾਲੀ ਹੁੰਦੀਆਂ ਨੇ।
ਗੱਲ ਕਰਾਂਗਾ ਕਿ ਫਿਲਮ ਲਾਈਨ ਜਿਹੜੀ ਹੈ ਇਹ ਬਹੁਤ ਹੀ ਔਖੀ ਲਾਈਨ ਆ ਉਹਨਾਂ ਯੰਗਸਟਰਸ ਵਾਸਤੇ ਜੋ ਇਸ ਲਾਈਨ 'ਚ ਕੁਛ ਕਰਨਾ ਚਾਹੁੰਦੇ ਨੇ। ਮੈਨੂੰ ਬਾਈ ਰਾਤੋ ਰਾਤ ਨਹੀਂ ਕੋਈ ਮੇਰਾ ਨਾਮ ਬਣਿਆ, ਖੈਰ ਅੱਜ ਵੀ ਨਹੀਂ ਬਣਿਆ। ਮੈਂ ਤਾਂ ਆਪਣੇ ਘਰ ਵੀ ਕਈ ਵਾਰੀ ਨਾ ਮੈਂ ਅੱਜ ਵੀ ਸਟ੍ਰੈਸ 'ਚ ਆ ਜਾਂਦਾ, ਮਦਰ ਬੈਠੇ ਹੁੰਦੇ ਨੇ ਹੈ ਨਾ ਕਿ ਤੂੰ ਏਡਾ ਵਧੀਆ ਹੋ ਗਿਆ ਹੁਣ ਤਾਂ ਤੈਨੂੰ ਜਾਣਦੇ ਆ ਸਾਰੇ ਪੰਜਾਬ 'ਚ ਹੈ ਨਾ, ਲੋਕ ਪਛਾਣਦੇ ਆ। ਮੈਂ ਕਿਹਾ ਨਹੀਂ ਨਹੀਂ ਅਜੇ ਨਹੀਂ, ਉਹ ਅਜੇ ਨਹੀਂ ਹੋਇਆ। 12 ਸਾਲ ਲੱਗ ਗਏ ਨੇ ਮੈਨੂੰ ਇੱਥੇ ਪਹੁੰਚਣ 'ਚ, ਇੱਥੇ ਤੁਹਾਡੇ ਸਾਹਮਣੇ ਬੈਠਾ ਮੈਂ 12 ਸਾਲ, ਔਰ ਉਹ 12 ਸਾਲ ਕਿਸੇ ਨੇ ਸਪੋਰਟ ਨਹੀਂ ਕੀਤੀ ਹੈਗੀ। ਮਤਲਬ ਕਿਸੇ ਨੇ ਸਪੋਰਟ ਇਨ ਦਾ ਸੈਂਸ ਆਫ ਕੋਈ ਫਾਦਰ ਦੇ ਫਾਈਨੈਂਸ਼ੀਅਲ ਪੈਸੇ ਜਾਂ ਕਿਸੇ ਦੇ, ਇੱਕ ਆਮ ਗੱਲ ਕਰ ਰਿਹਾ ਮੈਂ, ਉਹ ਕਹਿਣ ਦਾ ਭਾਵ ਮੇਰਾ ਇਹ ਹੈ ਕਿ ਜਿਹੜੇ ਬੱਚੇ ਜਿਨ੍ਹਾਂ ਕੋਲ ਨਹੀਂ ਉਹ ਫਾਈਨੈਂਸ਼ੀਅਲ ਸਪੋਰਟ ਇੰਡਸਟਰੀ ਦੇ ਵਿੱਚ ਉੱਤੇ ਆਉਣ ਦੀ, ਤੁਸੀਂ ਦਿਲ ਨਾ ਹਾਰਿਓ ਕਿ ਸਾਨੂੰ 5 ਸਾਲ ਹੋ ਗਏ, ਸਾਨੂੰ 6 ਸਾਲ ਹੋ ਗਏ, 7 ਸਾਲ ਹੋ ਗਏ, ਅਸੀਂ ਮਿਹਨਤ ਕਰ ਰਹੇ ਹਾਂ ਅਤੇ ਸਾਡਾ ਕੁਝ ਮੰਨ ਨਹੀਂ ਰਿਹਾ ਅਤੇ ਗਲਤ ਕੰਮਾਂ ਵੱਲ ਲੱਗ ਜਾਈਏ, ਆਹ ਕਰ ਲਈਏ, ਇੱਕ ਦਿਨ ਜ਼ਰੂਰ ਆਉਂਦਾ ਭਰਾ। ਔਰ ਮੈਂ ਤਾਂ ਬੈਠਾ ਹੀ ਹਾਂ, ਸੋ ਜੇ ਤੁਹਾਨੂੰ ਕਦੀ ਕੁਛ ਲੋੜ ਹੈਗੀ, ਆਈ ਐਮ ਦੇਅਰ ਟੂ ਸਪੋਰਟ ਯੂ, ਜੇ ਟੈਲੈਂਟ ਆ। ਬੇਹਿੰਮਤੇ ਨੇ ਜਿਹੜੇ ਲੋਕ ਸ਼ਿਕਵਾ ਕਰਨ ਮੁਕੱਦਰਾਂ ਦਾ, ਉੱਗਣ ਵਾਲੇ ਉੱਗੇ ਹੀ ਪੈਂਦੇ, ਪਾੜ ਕੇ ਸੀਨਾ ਪੱਥਰਾਂ ਦਾ ਬਾਈ। ਕੀ ਬਾਤ ਹੈ, ਕੀ ਬਾਤ ਹੈ। ਹੋਰ ਵੀ ਕਹਿੰਦਾ ਨਾ, ਕਹਿੰਦਾ ਹਾਲੇ ਤਾਂ ਸ਼ੁਰੂਆਤਾਂ ਮਿੱਤਰਾ, ਰੱਬ ਦੇ ਬਖਸ਼ੇ ਕਾਜ ਦੀਆਂ ਬੜੀਆਂ ਲੰਮੀਆਂ ਰਾਹਾਂ ਨੇ ਰਸਤੇ ਤੋਂ ਮੁਕਾਮ ਦੀਆਂ, ਸਦਾ ਸਫ਼ਰ ਵਿੱਚ ਚੱਲਦਾ ਰਹਿ ਹੈ ਨਾ, ਇਹੀ ਕਿਸਮਤ ਰਾਹੀ ਦੀ, ਕਰੀ ਚੱਲ ਮਿਹਨਤਾਂ ਯਾਰਾ, ਕਦੇ ਵੀ ਢੇਰੀ ਨਹੀਂ ਉਟਾਈ ਦੀ, ਬਣ ਪਰਿੰਦਾ ਉੱਡਦਾ ਚੱਲ, ਖੰਭਾਂ ਦਾ ਕੀ ਤੂੰ ਨਾਲ ਹੌਂਸਲੇ ਉੱਡ। ਸੋ ਹੌਸਲਾ ਹੀ ਚਾਹੀਦਾ। ਪਰ ਮੈਂ ਐਂਡ ਨਾ ਇੱਕ ਗੱਲ 'ਤੇ ਕਹਾਂਗਾ ਕਿ ਮੈਂ ਮਾਂ ਪਿਓ ਨੂੰ ਕਹਾਂਗਾ ਕਿ ਉਹ ਬੜੇ ਲੱਕੀ ਬੱਚੇ ਨੇ ਜਿਨ੍ਹਾਂ ਦੇ ਮਾਂ ਬਾਪ ਉਹਨਾਂ ਨੂੰ ਸਪੋਰਟ ਕਰਦੇ ਨੇ ਹਰ ਪੱਖੋਂ, ਚਾਹੇ ਉਹ ਫਾਈਨੈਂਸ਼ਲੀ ਹੋਣ, ਚਾਹੇ ਉਹ ਇੱਕ ਹੌਸਲਾ ਦੇਣਾ ਹੀ ਹੋਏ। ਔਰ ਪਲੀਜ਼ ਆਪਣੇ ਬੱਚਿਆਂ ਨੂੰ ਸਪੋਰਟ ਕਰੋ ਇਸ ਲਾਈਨ 'ਚ ਜੋ ਆਉਣਾ ਚਾਹੁੰਦੇ ਨੇ। ਬਹੁਤ ਵਧੀਆ ਲਾਈਨ ਹੈ, ਕੋਈ ਗਲਤ ਲਾਈਨ ਨਹੀਂ ਹੈ, ਕ੍ਰੀਏਟਿਵ ਲਾਈਨ ਆ, ਔਰ ਉਹਨਾਂ ਦੇ ਪਿੱਛੇ ਖੜ੍ਹੇ ਉਹਨਾਂ ਦੀ ਬੈਕਬੋਨ ਬਣ ਗਈ। ਜਿੰਨਾ ਕੁ ਫਾਈਨੈਂਸ਼ਲੀ ਕਰ ਸਕਦੇ ਉਹ ਕਰੋ, ਬਾਕੀ ਬੱਚਾ ਆਪ ਮਿਹਨਤ ਕਰੇ ਤਾਂ ਅੱਗੇ ਜ਼ਰੂਰ ਆਊਗਾ। ਵੈਸੇ ਬੜਾ ਟਾਈਮ ਨਹੀਂ ਲੈਂਦੇ ਬਾਈ, ਉਹਨਾਂ ਦੋ ਤਿੰਨ ਸਵਾਲ ਰਹਿ ਗਏ ਜਿਹੜੇ ਬਾਈ ਉਹਨਾਂ ਦੇ ਹਨ। ਅਤੇ ਬਾਈ ਜਦੋਂ ਤੁਸੀਂ ਇਹ ਲਾਈਨ 'ਚ ਆਏ, ਹਾਂਜੀ, ਪਹਿਲਾਂ ਤਾਂ ਆਪਾਂ ਨੂੰ ਗਾਲਾਂ ਬਹੁਤ ਦਿੰਦੇ ਹੁੰਦੇ ਨੇ ਘਰ ਦੇ, ਮੇਰੇ ਮਾਰੀ ਚਪੇੜ ਪਿਓ ਨੇ ਖਿੱਚ ਕੇ, ਮੈਂ ਲੈ ਸੱਚਾਈ ਦੱਸ ਰਿਹਾ ਬਾਈ, ਮੈਨੂੰ ਕਹਿੰਦੇ 12ਵੀਂ ਤੋਂ ਬਾਅਦ, ਕਹਿੰਦੇ ਅੱਛਾ ਡੈਡੀ ਮੇਰੇ ਏਅਰਫੋਰਸ 'ਚ ਸੀਗੇ ਐਕਚੁਲੀ, ਅਤੇ ਮੈਨੂੰ ਕਹਿੰਦੇ ਹਾਂ ਵੀ ਪਲੱਸ 2 ਹੋ ਗਈ ਹੁਣ ਕੀ ਕਰਨਾ, ਮੈਂ ਹੀਰੋ ਬਣਨਾ, ਤੋੜ ਕੰਨ 'ਤੇ ਇੱਕ ਅੱਛਾ ਬਣਾਵਾ ਤੈਨੂੰ ਹੀਰੋ, ਮੈਂ ਤੈਨੂੰ ਵੱਡੇ ਨੂੰ ਹੀਰੋ ਬਣਿਆ। ਕਿਉਂ ਬਾਈ ਪਤਾ ਕੀ, 10 ਸਾਲ ਪਹਿਲਾਂ ਅੱਜ ਤੋਂ ਨਾ, ਜਦੋਂ ਉਦੋਂ 12ਵੀਂ ਤੋਂ ਬਾਅਦ ਇੰਜੀਨੀਅਰ ਬਣ ਜਾ, ਡਾਕਟਰ ਬਣ ਜਾ, ਵੀ ਇੱਕ ਮਾਂ ਪਿਓ ਹੀ ਚਾਹੁੰਦਾ ਬੱਚਾ ਸੈੱਟ ਹੋ ਜਾ, ਰਿਸਕ ਲੈਣ ਕਿਹੜਾ ਹੈ ਨਾ, ਹਾਂ ਬੈਂਕ 'ਚ ਲੱਗ ਜਾਣਾ ਕੋਈ ਵੀ ਹੈ ਨਾ। ਔਰ ਫਿਰ ਮੈਨੂੰ ਕਹਿੰਦੇ, ਮੈਂ ਕਿਹਾ ਚੁੱਪ ਹੋ ਗਿਆ ਜੀ, ਅਤੇ ਮੈਂ ਫਿਰ ਪਾਇਲਟ ਦੀ ਪੜ੍ਹਾਈ ਕੀਤੀ ਬਹੁਤ ਦਬਾ ਕੇ, ਵੀਰੇ ਪੇਪਰ ਉੱਪਰ ਪਾਸ ਕੀਤੇ, ਬਣ ਗਏ ਪਾਇਲਟ। ਫਿਰ ਬਣ ਕੇ 2 ਸਾਲ ਜਦੋਂ ਜੋਬ ਕੀਤੀ, ਮੁੜ ਕੇ ਆ ਕੇ ਮੈਂ ਕਿਹਾ ਜੀ ਮੈਂ ਹੁਣ ਆਪਣੀ ਕਰਨੀ ਹੈ, ਪੈਸ਼ਨ ਮੇਰਾ ਆਏ ਹੁਣ ਤੁਸੀਂ। ਫਿਰ ਕਹਿੰਦੇ ਕਿ ਚੱਲ ਠੀਕ ਹੈ, ਤੂੰ ਮੇਰੀ ਇੱਛਾ ਪੂਰੀ ਕਰ ਦੀ, ਗੋ ਹੈਡ। ਫਿਰ ਭਾਅ ਜੀ ਮੇਰੇ ਹਿਸਾਬ ਨਾਲ ਤਾਂ ਮੈਂ 4 ਸਾਲ ਬੜੀ ਗੰਦੀ ਸਟਰਗਲ ਕੀਤੀ ਲੈਣਾ 'ਚ, ਅਲੱਗ ਅਲੱਗ ਆ ਜਾ ਨੱਚਲਾ ਸ਼ੋਅ ਜਿੱਤਿਆ ਸੀ ਮੈਂ 2007 'ਚ, ਉਹ ਵੀ ਲੈਣਾ 'ਚ ਆਡੀਸ਼ਨ ਦੇ, ਅਲੱਗ ਅਲੱਗ ਇੰਡੀਆ ਗੋਟ ਟੈਲੈਂਟ, ਡਾਂਸ ਇੰਡੀਆ ਡਾਂਸ, ਕਿੱਥੇ ਜਿਹੜੀ ਲਾਈਨ 'ਚ ਮੈਂ ਨਹੀਂ ਖੜਾ ਹੋਇਆ ਪਾਇਲਟ ਹੋ ਕੇ, ਪਾਇਲਟ ਹੋਣ ਦੇ ਬਾਵਜੂਦ, ਕਿਉਂਕਿ ਪਾਇਲਟਾਂ ਨੂੰ ਬੜੀ ਇੱਜ਼ਤ ਮਿਲਦੀ ਹੈ, ਅਰੇ ਸਰ ਆ ਰਹੇ ਹੈ, ਕੈਪਟਨ ਸਾਹਿਬ ਯੇ ਵੋ, ਹਾਂ ਉੱਥੇ ਅਸੀਂ ਐਂ ਲਾਈਨ 'ਚ ਖੜੇ ਹੋਏ, ਵਾਰੀ ਆਊਗੀ। ਮੇਰਾ ਅੱਜ ਵੀ ਇੰਡੀਆ ਗੋਟ ਟੈਲੈਂਟ ਦਾ ਇੱਕ ਐਪੀਸੋਡ ਯੂਟਿਊਬ 'ਤੇ ਤੁਸੀਂ ਦੇਖਿਓ, ਜਿੱਥੇ ਸ਼ੇਖਰ ਔਰ ਕਿਰਨ ਖੇਰ ਔਰ ਇਹ ਸਾਰੇ ਜੱਜ ਕਰ ਰਹੇ ਨੇ, ਸੋਨਾਲੀ ਬੇਂਦਰੇ, ਉੱਥੇ ਮੈਂ ਇਹੀ ਗੱਲ ਕਹੀ ਸੀ, ਦੇ ਵਰ ਸ਼ੌਕਡ, ਤੂੰ ਪਾਗਲ ਹੋ ਆਪਣੀ ਫਲਾਇੰਗ ਕੀ ਨੌਕਰੀ ਛੋੜ ਰਿਹਾ, ਮੈਂ ਕਿਹਾ ਜੀ ਪੈਸ਼ਨ ਹੈ, ਪਾਗਲ ਬੰਦਾ ਹੀ ਕੁਝ ਕਰਦਾ ਹੈ, ਦੈਟਸ ਇਟ। ਸੋ ਉਹਦੇ ਥਰੂ ਫਿਰ ਅੱਗੇ ਅੱਗੇ ਭਾਅ ਜੀ ਮੈਨੂੰ ਗਾਣੇ ਮਿਲੇ, ਆਜਾ ਨੱਚਲਾ ਜਿੱਤ ਕੇ ਫਿਲਮ ਮਿਲੀ, ਪਿਓਰ ਪੰਜਾਬੀ ਪਹਿਲੀ ਫਿਲਮ, ਫਿਰ ਸ਼ਾਇਦ ਲੋਕਾਂ ਨੇ ਟੈਲੈਂਟ ਨੂੰ ਪਛਾਣਿਆ, ਇੰਡਸਟਰੀ ਨੇ ਸਟਾਰਟ ਗਿਵਿੰਗ ਮੋਰ ਵਰਕ, ਫਿਰ ਮੈਂ ਲਿਖਣਾ ਸ਼ੁਰੂ ਕਰਤਾ ਕਹਾਣੀਆਂ, ਸਕ੍ਰਿਪਟਾਂ ਬਹਿ ਕੇ, ਫਿਰ ਉਹ ਅੱਗੇ ਅੱਗੇ ਵਧੀ ਗਿਆ। ਸਾਰਿਆਂ ਨੂੰ ਪਹਿਲਾਂ ਜਦੋਂ ਕੋਈ ਵੀ ਪ੍ਰੋਜੈਕਟ ਮਿਲਦਾ ਨਾ ਬਾਜਪੇ ਨੂੰ, ਚਾਹੇ ਉਹ ਫਿਲਮ ਦੀ ਗੱਲ ਹੋਵੇ ਜਾਂ ਕੋਈ ਵੀ, ਸਾਰਿਆਂ ਨੂੰ ਪਹਿਲਾਂ ਕਿਹਨੂੰ ਦੱਸਦੇ ਹੋ ਵੀ ਯਾਰ ਆਹ ਗੱਲ ਆ? ਸਭ ਤੋਂ ਪਹਿਲਾਂ ਮੈਂ ਜਿਹੜੇ ਮੰਮੀ ਨੂੰ ਦੱਸਦਾ, ਮੈਂ ਮੇਰੇ ਮਦਰ ਦੀ ਮੈਂ ਇੱਕ ਰਾਏ ਜ਼ਰੂਰ ਲੈਂਦਾ, ਉਹਨੇ ਤਾਂ ਅੱਛਾ ਹੈ ਕਰ ਲੈ ਵਧੀਆ ਹੈ, ਫਿਰ ਕੀ ਹੁੰਦਾ ਹੈ ਨਾ, ਉਹਨਾਂ ਨੇ ਤਾਂ ਬੱਚਾ ਮੈਨੂੰ ਗੰਦਾ ਵੀ ਲੱਗ ਰਿਹਾ, ਤੂੰ ਤਾਂ ਸੁੰਦਰ ਲੱਗ ਰਿਹਾ ਹੈ, ਤੂੰ ਸੋਹਣਾ ਲੱਗ ਰਿਹਾ, ਮਤਲਬ ਹੈ ਨਾ, ਪਰ ਉਹ ਅੱਛਾ ਵਧੀਆ ਕਰ ਲੈ, ਫਿਰ ਮੈਂ ਕਹਿੰਦਾ ਅੱਛਾ ਠੀਕ ਹੈ, ਮੈਨੂੰ ਆਪ ਹੀ ਬਹਿ ਕੇ ਦੇ ਸੋਚਣਾ ਪੈਣਾ, ਤੁਸੀਂ ਤਾਂ ਰਹਿਣ ਦਿਓ। ਅਮਨਵੀਰੇ ਤੂੰ ਕੀ ਦੱਸਦਾ, ਇੱਕ ਅਮਨਵੀਰੇ ਗੱਲ ਸੀ, ਲੋਕਾਂ ਦੇ ਨਾਮ ਹੁੰਦੇ ਆ ਅਮਨਦੀਪ ਸਿੰਘ, ਤੁਹਾਡਾ ਨਾਮ ਆ ਅਮਨ ਸਿੰਘ ਦੀਪ, ਇਹ ਕੀ ਇੰਡਸਟਰੀ 'ਚ ਆਉਣ ਲਈ ਜੱਚਦਾ ਨਾ? ਜੱਚਦਾ ਪੂਰਾ, ਪੱਕੀ ਗੱਲ? ਮੇਰਾ ਨਾਮ ਵੀ ਹੁਣ ਅੱਜ ਤੋਂ ਅਨਮੋਲ ਸਿੰਘ ਦੀਪ ਹੋ ਗਿਆ, ਨੋਟ ਅਨਮੋਲ ਇਹ ਭਾਅ ਜੀ, ਅਸੀਂ ਤਾਂ ਪੈਸੇ ਲੱਗਣੇ, ਪਰ ਬੇਸਿਕਲੀ ਯਾਰ ਮੈਂ ਦੱਸਦਾ, ਮੈਂ ਸ਼ੋਅ ਜਿੱਤਿਆ ਸੀਗਾ ਮਿਸਟਰ ਪੰਜਾਬ ਜਦੋਂ, ਉਦੋਂ ਨਵਾਂ ਨਕੋਰਾ ਜਿਹਾ ਬੰਦਾ ਪਿੰਡ ਉੱਠ ਕੇ ਆ ਗਿਆ ਨਾ, ਪਤਾ ਨਹੀਂ ਹੁੰਦਾ ਕਿ ਨਾਮ ਟੀ ਵੀ ਵਾਲਾ ਰੱਖਣਾ ਕੋਈ ਕੁਛ, ਅਮਨਦੀਪ ਸਿੰਘ ਸੀਗਾ ਨਾਮ ਮੇਰਾ, ਕੋਈ ਕੁਛ ਨਹੀਂ ਲਾਇਆ ਅੱਗੇ ਵਿੱਚ, ਸਿੱਧਾ ਚੱਲ ਰਿਹਾ ਅਮਨਦੀਪ ਸਿੰਘ, ਅਮਨਦੀਪ ਸਿੰਘ ਬਾਬੇ ਦੀ ਮਿਹਰ ਹੋਈ, ਸ਼ੋਅ ਜਿੱਤ ਗਏ।
ਹੁਣ ਪਛਾਣ ਬਣ ਗਈ ਅਮਨ ਨਾਮ ਤੋਂ, ਲੋਕ ਅਮਨਦੀਪ ਸਰਚ ਕਰਦੇ ਇੱਥੇ 1.5-2 ਲੱਖ ਬੰਦਾ ਆ ਜਾਂਦਾ ਇੰਸਟਾਗ੍ਰਾਮ 'ਤੇ ਵੀ, ਫੇਸ ਹਰ ਕੁੜੀ ਦਾ, ਤੀਜੀ ਚੌਥੀ ਕੁੜੀ ਦਾ ਨਾਂ ਵੀ ਅਮਨਦੀਪ ਹੀ ਹੁੰਦਾ, ਮੁੰਡੇ ਦਾ ਵੀ ਅਮਨਦੀਪ, ਸਾਂਝਾ ਮਾਂਝਾ ਨਾਂ ਹੈ। ਫਿਰ ਮੈਂ ਕਿਹਾ ਯਾਰ ਮੈਨੂੰ ਮੈਸੇਜ ਆਉਣੇ ਕਿਸੇ ਕਿਸੇ ਲੋਕ ਦੇ ਕਿ ਯਾਰ ਭਾਅ ਜੀ ਤੁਹਾਨੂੰ ਤੂੰ 25 ਦਿਨਾਂ ਬਾਅਦ ਲੱਭਿਆ, 20 ਦਿਨਾਂ ਬਾਅਦ ਲੱਭਿਆ, ਉਹਦੀ ਆਈਡੀ ਟੈਗ ਦੇਖਿਆ ਉਹਦਾ, ਉਹ ਰੁੱਖੀ ਲੱਭਦੇ ਜਿਹੜੇ ਬਹੁਤ ਪਿਆਰ ਕਰਦੇ ਸੀਗੇ ਆਮ ਬੰਦਾ, ਇੱਕ ਸਰਚ ਕਰਦਾ ਕਹਿੰਦਾ ਜਾਂ ਨਹੀਂ ਮਿਲਣਾ ਕੋਈ ਨਾ ਅੱਗੇ ਚੱਲਦੇ। ਫਿਰ ਮੈਂ ਕਿਹਾ ਯਾਰ ਕੁਛ ਇੱਦਾਂ ਦਾ ਨਾਮ ਚਾਹੀਦਾ ਕਿ ਜਿਹੜਾ ਕੋਈ ਸਿਰਫ ਮੈਂ ਹੀ ਹੋਵਾਂ ਜਾਂ ਬਹੁਤ ਘੱਟ ਲੋਕ ਹੋਣ। ਅਮਨ ਛੱਡਣ ਦਾ ਦਿਲ ਨਹੀਂ ਸੀਗਾ, ਕਹਿ ਲਓ ਕਿ ਲੱਗਦਾ ਸੀ ਲੱਕੀ ਆ, ਮਾਂ ਪਿਓ ਨੇ ਰੱਖਿਆ, ਪਛਾਣ ਬਣ ਗਈ। ਫਿਰ ਮੈਂ ਸਲਾਹ ਸਲੂਹ ਕੀਤੀ ਆਪਣੇ ਕੁਛ ਕਰੀਬੀ ਬੰਦੇ ਨਾਲ ਕਿ ਯਾਰ ਕਿੱਦਾਂ ਕਰੀਏ ਕਿੱਦਾਂ, ਫਿਰ ਇੱਕ ਆਈਡੀਆ ਆ ਗਈ ਯਾਰ ਇੱਦਾਂ ਕਿਉਂ ਨਹੀਂ ਕਰ ਸਕਦੇ ਅਮਨ ਸਿੰਘ ਦੀਪ। ਅਤੇ ਫਿਰ ਉਹਨੂੰ ਅਸੀਂ ਅਮਨਦੀਪ ਨੂੰ ਅਮਨ ਸਿੰਘ ਦੀਪ ਕਰਤਾ, ਜਿਹੜਾ ਕਿ ਮੇਰੇ ਲਈ ਬੜਾ ਵਧੀਆ ਰਿਹਾ। ਔਰ ਪਛਾਣ ਵੀ ਹੁਣ ਤੁਸੀਂ ਸਰਚ ਕਰੋਗੇ ਅਮਨ ਸਿੰਘ ਦੀਪ ਤਾਂ ਇਕੱਲਾ ਮੈਂ ਹੀ ਦੇਖਦਾ ਤੁਹਾਨੂੰ ਉੱਥੇ, ਹੈ ਨਾ। ਤਾਂ ਉਹ ਵੀ ਕੰਮ ਕਰ ਗਿਆ, ਨਾਮ ਵੀ ਰਹਿ ਗਿਆ, ਮਤਲਬ ਜੁਗਾੜ ਲਾਇਆ, ਜੁਗਾੜ ਫੁੱਲ, ਪੰਜਾਬੀ ਹੁੰਦੇ ਜੁਗਾੜੀ ਆ। ਠੀਕ ਹੈ, ਅਤੇ ਬਈ ਹੁਣ ਬਹੁਤ ਗੱਲਾਂ ਬਾਤਾਂ ਹੋ ਗਈਆਂ, ਹੁਣ ਤੁਸੀਂ ਫਿਲਮ ਦੀ ਪ੍ਰਮੋਸ਼ਨ ਹੋਰ ਵੀ ਕਰਨੀ ਆ, ਆਖਿਰ ਦਰਸ਼ਕ ਕਿਉਂ ਜਾਣ? ਕਿਉਂਕਿ ਆਪਾਂ ਉਮੀਦ ਬਹੁਤ ਅਪੀਲਾਂ ਕਰਦੇ ਹਾਂ, ਮੈਨੂੰ ਲੱਗਦਾ ਸਾਡੀ ਫਿਲਮ ਬਹੁਤ ਵਧੀਆ, ਸਾਡੀ ਫਿਲਮ ਬਹੁਤ ਵਧੀਆ, ਸਾਰਿਆਂ ਨੂੰ ਪਤਾ ਵੀ ਨਵ ਬਾਜਵਾ ਜਿਹੜਾ ਉਹ ਲੀਕ ਤੋਂ ਹਟ ਕੇ ਚੱਲਦਾ ਅਤੇ ਚੱਲਦਾ ਵੀ ਰਹੂਗਾ, ਇਹ ਸਾਨੂੰ ਭਰੋਸਾ। ਅਤੇ ਕੀ ਕਹੀਏ ਹੁਣ ਦਰਸ਼ਕਾਂ ਨੂੰ? ਇਹ ਕਹਿਣਾ ਚਾਹੂੰਗਾ 4 ਜਨਵਰੀ ਰਿਲੀਜ਼ ਹੋ ਰਹੀ ਇਸ਼ਕਾ, ਔਰ ਡੈਫੀਨੇਟਲੀ ਤੁਸੀਂ, ਤੁਹਾਨੂੰ ਅਗਰ ਟ੍ਰੇਲਰ ਅਪੀਲ ਕੀਤਾ ਹੈ ਨਾ ਤਾਂ ਪਲੀਜ਼ ਫਿਲਮ ਦੇਖਣ ਇੱਕ ਵਾਰ ਜ਼ਰੂਰ ਜਾਇਓ। ਟ੍ਰੇਲਰ ਦੇਖ ਕੇ ਨਾ ਸੋਚੋ ਵੀ ਯਾਰ 15 ਦਿਨ ਬਾਅਦ ਆ ਹੀ ਜਾਣੀ ਆ, ਟੀ ਵੀ 'ਤੇ ਆ ਜੂਗੀ ਜਾਂ ਯੂਟਿਊਬ 'ਤੇ ਆ ਜੂਗੀ, ਮੈਂ ਉੱਥੇ ਦੇਖਾਂਗਾ, ਕਿਉਂਕਿ ਜੋ ਤੁਹਾਨੂੰ ਥੀਏਟਰ ਦੇ ਵਿੱਚ ਦੇਖ ਕੇ ਉਸ ਚੀਜ਼ ਦਾ ਮਜ਼ਾ ਆਉਣਾ ਉਹ ਕਿਤੇ ਵੀ ਨਹੀਂ ਆਉਣਾ। ਔਰ ਫਿਲਮ ਵਿੱਚ ਵਾਕਈ ਬਹੁਤ ਦਮ ਹੈ, ਬਹੁਤ ਇਹੋ ਜਿਹੀ ਚੀਜ਼ ਆ ਜੋ ਤੁਸੀਂ ਗਵਾਚ ਜੋਗੇ ਵਿੱਚ, ਇੱਕ 2 ਘੰਟੇ ਨਾ ਤੁਸੀਂ ਦੁਨੀਆ ਤੋਂ ਕੱਟ ਆਫ ਹੋ ਕੇ ਇੱਕ ਅਲੱਗ ਦੁਨੀਆ 'ਚ ਪਹੁੰਚੋਗੇ। ਸੋ ਐਕਸਪੀਰੀਅੰਸ ਕਰੋ ਇਸ ਸਿਨੇਮਾ ਨੂੰ, ਐਕਸਪੀਰੀਅੰਸ ਕਰੋ ਇਸ ਡਿਫਰੈਂਟ ਫੀਲ ਨੂੰ, ਔਰ 4 ਜਨਵਰੀ ਨੂੰ ਇਸ਼ਕਾ ਦੇਖਣ ਜਾਓ। ਅਤੇ ਅਮਨ ਪ੍ਰੀਤ, ਤੁਸੀਂ? ਮੈਂ ਵੀ ਭਾਅ ਜੀ ਇਹ ਅਪੀਲ ਕਰਦਾ ਕਿ ਬੜੀ ਮਿਹਨਤ ਕੀਤੀ ਅਸੀਂ ਸਾਰਿਆਂ ਨੇ, ਪਲੀਜ਼ ਦੇਖਣ ਜਾਓ, ਸਪੋਰਟ ਕਰੋ, ਕਿਉਂਕਿ ਜੇ ਤੁਸੀਂ ਸਪੋਰਟ ਕਰੋਗੇ ਅਸੀਂ ਕੁਛ ਵੱਖਰਾ ਲੈ ਕੇ ਆਉਂਦੇ ਰਹਾਂਗੇ, ਹਮੇਸ਼ਾ ਲੈ ਕੇ ਆਉਂਦੇ ਰਹਾਂਗੇ। ਔਰ ਪੰਜਾਬੀਆਂ ਨੂੰ ਇਹੀ ਖਾਸ ਕਰਕੇ ਮੈਂ ਕਹਿਣਾ ਚਾਹੂੰਗਾ ਕਿ ਬਈ ਪਲੀਜ਼ ਪਲੀਜ਼ ਪੰਜਾਬੀ ਸਿਨੇਮਾ ਨੂੰ ਗਰੋ ਕਰਨ 'ਚ ਤੁਸੀਂ ਹੈਲਪ ਕਰਨੀ ਹੈ, ਕਿਉਂਕਿ ਤੁਸੀਂ ਦੇਖਣ ਜਾਓਗੇ ਸਿਨੇਮੇ ਘਰ ਭਰੋਗੇ, ਪ੍ਰੋਡਿਊਸਰਾਂ ਦੇ ਪੈਸੇ ਵਾਪਸ ਆਉਣਗੇ, ਸਾਨੂੰ ਹੱਲਾਸ਼ੇਰੀ ਮਿਲੂਗੀ, ਪ੍ਰੋਡਿਊਸਰਾਂ ਦੇ ਪੈਸੇ ਵਾਪਸ ਆਉਣਗੇ, ਬਿਲਕੁਲ, ਕਿਉਂਕਿ ਬਿਜ਼ਨਸ ਐਂ ਚੱਲਦਾ ਹੈ ਨਾ ਭਾਅ ਜੀ। ਅਤੇ ਸਾਨੂੰ ਹੱਲਾਸ਼ੇਰੀ ਮਿਲੂਗੀ, ਅਪਲੋਸ ਮਿਲੂਗੀ ਤੁਹਾਡੇ ਵੱਲੋਂ, ਅਤੇ ਫਿਰ ਹੀ ਅੱਗੇ ਆਪਾਂ ਇਹ ਚੀਜ਼ਾਂ ਲੈ ਕੇ ਆਵਾਂਗੇ। ਔਰ ਇੰਨੀ ਗਰੰਟੀ ਹੈ ਜੇ ਤੁਸੀਂ ਜਾਓਗੇ ਅਤੇ ਐਂ ਨਹੀਂ ਮੁੜੋਗੇ ਕਿ ਯਾਰ 2 ਘੰਟੇ ਵੇਸਟ ਹੋ ਗਏ ਜਾਂ ਐਵੇਂ ਚਲੇ ਗਏ, ਤੁਸੀਂ ਜਾ ਕੇ ਡੈਫੀਨੇਟਲੀ ਕਹੋਗੇ ਕਿ ਭਾਈ ਤੁਸੀਂ ਤੂੰ ਦੇਖ ਕੇ ਆਇਆ ਫਿਲਮ ਵਾਲੀ, ਦੇਖ ਕੇ ਆਓ। ਸੋ ਇਹ ਮੇਰੇ ਵੱਲੋਂ ਅਪੀਲ ਹੈ ਕਿ ਜ਼ਰੂਰ ਜਾਓ ਦੇਖਣ ਸਿਨੇਮਾ ਘਰਾਂ ਦੇ ਵਿੱਚ, ਦੇਖੋ, ਸਾਨੂੰ ਹੌਸਲਾ ਦਿਓ ਜੀ। ਹੋਰ ਠੀਕ ਹੈ ਜੀ, ਫਿਰ 4 ਜਨਵਰੀ ਨੂੰ ਇਸ਼ਕਾ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਪ੍ਰੈਸ ਦੀ ਬੈਲ ਆਈਕਨ ਐਂਡ ਨੈਵਰ ਮਿਸ ਐਨ ਅਪਡੇਟ ਫਰੋਮ ਸਿੰਘ ਆਨਲਾਈਨ। ਜੀ ਸਤਿ ਸ਼੍ਰੀ ਅਕਾਲ ਜੀ, ਸਿੰਘ ਆਨਲਾਈਨ ਇਹ ਇਹਨਾਂ ਮੁੰਡਿਆਂ ਦਾ ਨਵਾਂ ਉਪਰਾਲਾ, ਯੂਟਿਊਬ 'ਤੇ ਇਹਨਾਂ ਦਾ ਚੈਨਲ ਹੈ, ਅਤੇ ਪਰਮਾਤਮਾ ਕਰੇ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰਨ।